ਵਿਡੀਓ ਪੰਜਾਬ ਛੋੜੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਮੈਂ ਸੌਰਨ ਸਿੰਘ ਦਾਨੇ ਵਾਲੀਆ ਤੁਹਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜਿਆ ਹੋਇਆ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਅਮਰੀਕਾ ਦੇ ਮਸ਼ਹੂਰ ਲਾਫਰਮ ਗੈਲਨ ਕੈਲਵਲੋਂ ਜਿਨ੍ਹਾਂ ਦੇ ਸੀਨੀਅਰ ਟਾਰਨੀ ਐਮੀ ਗੈਲ ਹੁਣੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਸਾਰੇ ਅਮਰੀਕਾ 'ਚ ਸਾਈਲਮ ਦੇ ਕੇਸ ਲੜਦੇ ਆ ਨਿਊਯਾਰਕ ਦੇ ਸਮੇਂ ਦੇ ਮੁਤਾਬਕ ਤੁਸੀਂ ਐਮੀ ਗੈਲ ਹੁਰਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਫੋਨ ਨੰਬਰ ਹੈ 2126192859 ਜਾਂ ਅਨਦਰ ਦੀ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀ ਸਿੰਘ ਖੁਰਾ ਦੇ ਨਾਲ 7186121118 ਤੇ ਕਾਲ ਕਰ ਸਕਦੇ ਹੋ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨ ਹਰ ਤਰ੍ਹਾਂ ਦੇ ਅਕਾਊਂਟਸ ਟੈਕਸਿਸ ਦੀ ਹੈਲਪ ਲੈਣੀ ਹੈ ਸਰਵਿਸਿਜ਼ ਲੈਣੀ ਹੈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਫੋਨ ਨੰਬਰ ਹੈ ਐਂਟ ਵਸ਼ਿੰਗਟਨ ਦੇ ਵਿੱਚ 253520886 ਵਾਸ਼ਿੰਗਟਨ ਫਲੇਟ ਸਰਵਿਸ ਸੈਟਲ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਘਰਾਂ ਨੂੰ 2532666924 ਜਾਂ ਗੁਰਵਿੰਦਰ ਧਾਲੀਵਾਲ ਦੇ ਨਾਲ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢੱਲੋਹਰੀ ਨੇ ਟੱਲੋ ਸਾਬ ਪੰਜਾਬ ਦੇ ਨਤੀਜਿਆਂ ਤੇ ਸਰਸਰੀ ਨਜ਼ਰ ਮਾਰੀਏ سوشل میڈیا ਦੇ ਵਿੱਚ ਤਾਂ ਭਗਵਾਨ ਸਿੰਘ ਮਾਨ ਉਹਨਾਂ ਦਾ ਬਹੁਤ ਜ਼ਿਆਦਾ ਟ੍ਰੋਲਿੰਗ ਹੋ ਰਹੀ ਹੈ ਕੋਈ ਕਿੱਕਲੀਆਂ ਘਾ ਰਿਹਾ ਕੋਈ ਸਕੂਟਰ ਦੇ ਉੱਤੇ ਤਿੰਨ ਬਿਠਾ ਰਿਹਾ ਕੋਈ ਇੱਕ ਤੋਂ ਤਿੰਨ ਤੇ ਇਹਦੀ ਅੱਗੋਂ ਇੱਕ ਹਟਾ ਰਿਹਾ ਹੈ ਇਹ ਜੂਲਰ ਸ਼ੈਟਲ ਵਿੱਚ ਹਰ ਹਫ਼ਤੇ ਨਵੀਂ ਗੀਰਮੈਂਟ ਆਉਂਦੀ ਹੈ ਤੁਹਾਡੇ ਅੱਠ ਮੰਤਰੀ ਤੇ 62 ਐਮਐਲਏ ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦੇ ਕਿਵੇਂ ਹਾਰ ਗਏ ਜੀ ਇਹ ਰਿਪੇਅਰ ਵੀ ਕਰਦੇ ਹਨ 24 ਘੰਟੇ ਬੜੀਆਂ ਸਭ ਕਈ ਚੀਜ਼ਾਂ ਜੀ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਹਮ ਕਿ ਭਗਵੰਤਬਾਨ ਜੀ ਬਹੁਤ ਟ੍ਰੋਲ ਹੋ ਰਹੇ ਜੀ ਉਹਦਾ ਇੱਕ ਕਾਰਨ ਹੈ ਹਮ ਹਮ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਜਿਸ ਖਿੱਤੇ ਦੇ ਵਿੱਚ ਰਹਨੇ ਆ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਹਮ ਹਮ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਜੀ ਇਹਦੇ ਵਿੱਚ ਔਰਤ ਨੂੰ ਵੜਿਆ ਹੈਗੇ ਜੀ ਔਰਤ ਨੂੰ ਬਹੁਤ ਉੱਚਾ ਸਥਾਨ ਦਿਤ ਹੈ ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜ ਜੀ ਜੇ ਅਸੀਂ ਆਪਣੀ ਪੋਲੀਟੀਕਲ ਵਿਰੋਧਤਾ ਤੇ ਚੱਲਦੇ ਹਾਂ ਕਿਸੇ ਔਰਤ ਦਾ ਮੌਜੂਦ ਹੈਗੀ ਜੀ ਇਹ ਗੱਲ ਚੰਗੀ ਨਹੀਂ ਲੱਗਦੀ ਹੂੰ ਹੂੰ ਭਗਵੰਤ ਸਿੰਘ ਮਾਨ ਸਤਿਕਾਰਤ ਮੁੱਖ ਮੰਤਰੀ ਹੈ ਪੰਜਾਬ ਦੇ ਜੀ ਪਹਿਲਾਂ ਉਹ ਕੇਂਦਰੀ ਪਾਰਲੀਮੈਂਟ ਦੇ ਵਿੱਚ ਮੈਂਬਰ ਵੀ ਰਹੇ ਆ ਪਾਰਲੀਮੈਂਟ ਦੇ ਕੇਂਦਰੀ ਸਰਕਾਰ ਦਾ ਕਿ ਸਹੀ ਕਹਿ ਸਕਦੇ ਆ ਆਪਾਂ ਹੁੰਦੇ ਆ ਕਿਉਂਕਿ ਸਰਕਾਰ ਪਾਰਲੀਮੈਂਟ ਹੀ ਬਣਾਉਂਦੀ ਹੈ ਜੀ ਆਪਾਂ ਉਹਦੇ ਤੋਂ ਦੇਖੀਏ ਉੱਥੇ ਵੀ ਜਦੋਂ ਭਾਸ਼ਣ ਕਰਦੇ ਹੁੰਦੇ ਸੀ ਬਹੁਤ ਤੇ ਬਾਰੀ ਉਹ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਅਕਾਲੀ ਦਲ ਦੇ ਪਾਰਲੀਮੈਂਟ ਦੇ ਮੈਂਬਰ ਵੀ ਐ ਤੇ ਉਹਦੇ ਵਜ਼ੀਰ ਹੁੰਦੇ ਸੀ ਜੀ ਉਹਨਾਂ ਨੂੰ ਉਹ ਟਾਰਗੇਟ ਕਰਦੇ ਹੁੰਦੇ ਸੀ ਅੱਛਾ ਆਪਾਂ ਕਿਸੇ ਨੂੰ ਬੀਬੀ ਜੀ ਕਹਿ ਲੈਨੇ ਆ ਹੂੰ ਹੂੰ ਪਰ ਉਹ ਕਈ ਵਾਰੀ ਅੱਦਾ ਨਾ ਲੈਂਦੇ ਉਹਦੀ ਹਾਂਜੀ ਇਸ चीज ਨੂੰ ਚੰਗਾ ਨਹੀਂ ਸਮਝਿਆ ਜਾਂਦਾ ਜੀ ਇਹ ਵੀ ਅੱਜ ਕੱਲ ਇੱਕ ਟ੍ਰੋਲਿੰਗ ਦਾ ਕਾਰਨ ਇਹ ਵੀ ਬਣਦਾ ਬਹੁਤ ਸਾਰੇ ਲੋਕ ਇਸ ਗੱਲ ਤੇ ਵੀ ਇਤਰਾਜ਼ ਕਰਦੇ ਜੀ ਦੂਜੇ ਪਾਸੇ ਕਿਕਲੀ ਵਾਲੀ ਗੱਲ ਵੀ ਤੁਹਾਡੀ ਆ ਗਈ ਹੂੰ ਤੁਸੀਂ ਹੁਣ ਜਿਸ ਮਕਾਮ ਤੇ ਪਹੁੰਚ ਗਏ ਉਹ ਮਕਾਨ ਜਿਹੜਾ ਮਕਾਮ ਹੈ ਜਿਹੜਾ ਤੁਹਾਡਾ ਉਹ ਮਤਲਬ ਬਹੁਤ ਉੱਚਾ ਹੈ ਜੀ ਅਸੀਂ ਕਿਕਲੀ ਪਾਉਨੇ ਆ ਜਾਂ ਕੋਈ ਆਪਾਂ ਕਵਿਤਾ ਗਾਉਨੇ ਆ ਜਾਂ ਕੋਈ ਕਵਿਸ਼ਰੀ ਕਰਦੇ ਆ ਕੋਈ ਛੰਦ ਵਗੈਰਾ ਲਾਉਂਦਾ ਹੈ ਜੀ ਉਹਦਾ سلسلہ ਹੁੰਦਾ ਬੰਦੇ ਨੇ ਕੋਈ ਮਕਾਮ ਹਾਸਲ ਕਰਨਾ ਹੁੰਦਾ ਉਹ ਉਹਦੀ ਕਲਾ ਹੈ ਉਹਦੀ ਮਿਹਨਤ ਹੈ ਉਹ ਦਾ ਉਹ ਨਾਪ੍ਰਿੰਮ ਦਾ ਪ੍ਰਗਟਾਵਾ ਕਰ ਰਹਾ ਹੁੰਦਾ ਹੈ ਜੀ ਲੇਕਿਨ ਜਦੋਂ ਤੁਸੀਂ ਇੱਕ ਸਟੇਜ ਹਾਸਲ ਕਰ ਲੋ ਹਮ ਹਮ ਜੇ ਆਪਾਂ ਦੇਖੀਏ ਆਮ ਘਰਾਂ ਸਧਾਰਨ ਘਰ ਦੇ ਵਿੱਚ ਪੈਦਾ ਹੋਇਆ ਵਿਅਕਤੀ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ ਜੀ ਜੀ ਆਪਾਂ ਗੈਨੀ ਜੈਲ ਸਿੰਘ ਹੋਰਾਂ ਦੀ ਗੱਲ ਕਰੀਏ ਇੱਕ ਕਿਰਤੀ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਪੈਦਾ ਹੋਇਆ ਬੰਦਾ ਹਮ ਹਮ ਦੇਸ਼ ਦੇ ਰਾਸ਼ਟਰਪਤੀ ਤੱਕ ਪਹੁੰਚ ਗਿਆ ਬਹੁਤ ਵੱਡੀ ਗੱਲ ਹੁੰਦੀ ਹੈ ਛੋਟੀ ਗੱਲ ਨਹੀਂ ਹਮ ਹਮ ਔਰ ਹੁਣ ਉਹ ਇਸ ਮੁਕਾਮ ਦੇ ਉੱਤੇ ਪਹੁੰਚ ਕੇ ਕਿੱਕਲੀ ਕਲੀਰ ਦੀ ਕਰਨ ਜਾਂ ਇਸ ਕਿਸਮ ਦੇ ਉਹ ਮਤਲਬ ਜਿਹੜੇ ਹੈਗੇ ਆ ਜਿਹਨੂੰ ਆਪਾਂ ਕਹਿ ਦਈਏ ਸਟੇਜੀ ਸ਼ੋ ਜੀ ਸਟੇਜੀ ਸ਼ੋਆਂ ਵਾਲੀ ਗੱਲ ਕਰਨੀ ਗੱਲ ਚੰਗੀ ਨਹੀਂ ਲੱਗਦੀ ਸਭ ਤੋਂ ਪਹਿਲਾਂ ਕਿਕਲੀ ਕਲੀਰ ਦੀ ਮੈਂ ਨਰੂਆ ਨੇ ਪਿੰਡ 'ਚ ਹੀ ਸੁਣੀ ਸੀ ਹੂੰ ਹੂੰ ਦੂਜੀ ਆਹ ਜਿਹੜੀ ਉਹਨੇ ਦੁਬਾਰਾ ਲਿਖੀ ਹੈ ਜੀ ਵੀ ਉਹ ਬਠਿੰਡੇ ਤੋਂ ਸੁਖਬੀਰ ਕਹਿੰਦਾ ਮੇਰੀ ਸੀਟ ਫਸੀ ਪਈ ਹੈ ਫਲਾਮ ਤੇ ਮੁਕੰਮ ਕਾ ਹੁਣ ਜਿਹੜੀ ਚੀਜ਼ ਨੂੰ ਉਹ ਕਹਿੰਦੇ ਸੀ ਸੀ ਨੂੰ ਜਮਾ ਮੰਜਣਾ ਉਹ ਤਾਂ ਪੂਰੀ ਤਰ੍ਹਾਂ ਬਚ ਕੇ ਆ ਗਈ ਜੀ ਬਠਿੰਡੇ ਤੋਂ ਤਾਂ ਬੀਬੀ ਹਰਸਿਮਰ ਤੁਹਾਨੂੰ ਆ ਬਚ ਗਈ ਜੀ ਪੂਰੀਆਂ ਉਹ ਤਾਂ ਵੱਧ ਲੱਗੀ ਵੋਟਾਂ ਪਹਿਲਾਂ ਨਾਲ ਹਾਂ ਪਹਿਲਾਂ ਨਾਲ ਵੱਧ ਲੱਗੀ ਹੈ ਸੋ ਇਸ ਕਰਕੇ ਇਹ ਗੱਲ ਤਾਂ ਨਹੀਂ ਚੰਗੀ ਲੱਗਦੀ ਹਾਂ ਹੁਣ ਆਪਾਂ ਆ ਜੀ ਇਸ ਗੱਲ ਤੇ ਰਿਜ਼ਲਟ ਦੇ ਉੱਤੇ ਕਿ 64 ਐਮਐਲਏ ਜੀ ਤੇ 8 ਵਜ਼ੀਰ ਕਹਿੰਦੇ ਜੀ ਹਾਰ ਗਏ ਹੂੰ ਹੂੰ ਕੁਣ ਸਵਾਲ ਇਹ ਪੈਦਾ ਹੁੰਦਾ ਵੀ ਵਜੀਰ ਅੱਥਾ ਖੜੀ ਨਹੀਂ ਹੋਈ ਸੀ ਖੜੀ ਨਹੀਂ ਹੋਈ ਸੀ ਆ ਲੋਕ ਪੁੱਛਣਗੇ ਆਪਾਂ ਪੁੱਛਣਗੇ ਆਪਾਂ ਨੂੰ ਵੀ ਤੁਸੀਂ ਇਹ ਗੱਲ ਕਿਵੇਂ ਕਹੀ ਇਹਨੇ ਹਾਂਜੀ ਕਹਿ ਰਹੇ ਹਾਂ ਸੀ ਦਾ ਕਾਰਨ ਹੈ ਹੂੰ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਬਣੀ ਆਮ ਆਦਮੀ ਪਾਰਟੀ ਨੇ ਪਹਿਲੀ ਚੋਣ ਪੰਜਾਬ ਦੇ ਵਿੱਚੋਂ ਲੜੀ ਸੀ ਪਾਰਲੀਮੈਂਟ ਦੀ ਜੀ ਉਦੋਂ ਕਈ ਕੈਂਡੀਡੇਟ ਇਹਨਾਂ ਦੇ ਖੜੇ ਹੋਏ ਸੀ ਲੇਕਿਨ ਚਾਰਜ ਜਿੱਤ ਗਏ ਸੀ ਬਹੁਤ ਵੱਡੀ ਚੇਂਜ ਸੀ ਸਾਰੇ ਭਾਰਤ ਦੇ ਵਿੱਚ ਚਾਰੀ ਸੀ ਈਵਨ ਕੇਜਰੀਵਾਲ ਸਾਹਿਬ ਹੋਰਾਂ ਨੇ 12 ਨਸੀਦ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਚੋਣ ਲੜੀ ਸੀ ਤੇ ਉਹ ਹਾਰ ਗਏ ਸੀ ਜੀ ਉਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 2017 ਦੀ ਚੋਣ ਲੜੀ ਪੰਜਾਬ ਦੇ ਵਿੱਚ ਹੂੰ ਹੂੰ ਉਹਦੇ ਵਿੱਚ ਇਹਨਾਂ ਨੂੰ ਸਫਲਤਾ ਨਹੀਂ ਮਿਲੀ ਹਾਲਾਂਕਿ ਇਹਨਾਂ ਨੂੰ ਯਕੀਨਦਾ ਸੀ ਕਿ ਅਸੀਂ ਸਰਕਾਰ ਬਣਾ ਲਾਂਗੇ ਪਰ ਇਹਨਾਂ ਨੇ ਵਿਰੋਧੀ ਧਿਰ ਦਾ ਉਤਵਾ ਹਾਸਲ ਕਰ ਲਿਆ ਸੀ ਹੂੰ ਹੂੰ ਫਿਰ ਦੀ ਇਹਨਾਂ ਨੇ ਲੜੀ 2022 ਦੇ ਵਿੱਚੋਂ ਜੀ 2022 ਦੇ ਵਿੱਚ ਇਹ ਚੋਣਾ ਸਿਰ ਤੇ ਆਗਿਆ ਸੀ ਤੇ ਕੈਂਡੀਡੇਟਾਂ ਕੋਲੇ ਹੈ ਨਹੀਂ ਸੀ ਜੀ ਫਿਰ ਦਾਨੇ ਵਾਲਿਆ ਸਾਹਿਬ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਚੰਗੇ ਬੰਦਿਆਂ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਹੂੰ ਹੂੰ ਜੇ ਚੰਗੇ ਨਹੀਂ ਮਿਲੇ ਤਾਂ ਵੀ ਜਿਹੋ ਜੇ ਮਿਲ ਗਏ ਉਹੋ ਜਿਹੇ ਉਹੀ ਆਜੋ ਕਿਵੇਂ ਨਕਮੇ ਲੈ ਆ ਕੇ ਇਹਨਾਂ ਨੇ ਬੰਦੇ ਆਪ ਦੇ ਖੜੇ ਕਰ ਲਏ ਤੇ ਫਿਰ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਨ ਤੋਂ ਪਹਿਲਾਂ ਬੇਵਿਸ਼ਵਾਸੀ ਪ੍ਰਗਟ ਕੀਤੀ ਪੁਰਾਣੀਆਂ ਪਾਰਟੀਆਂ ਪੁਰਾਣੀਆਂ ਪਾਰਟੀਆਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵਾਲੇ ਰਵੈਤੀ ਪਾਰਟੀਆਂ ਕਹਿੰਦੇ ਵੈਸੇ ਹੁਣ ਤਾਂ ਇਹ ਵੀ ਰਵੈਤੀ ਹੂੰ ਹੂੰ ਹੁਣ ਤਾਂ ਰਵੈਤੀ ਬਣ ਗਈ ਇਧਰ ਰਵੈਤੀ ਬਣ ਗਈ ਹੁਣ ਤਾਂ ਅਸੀਂ ਜਿਹੜੇ ਦੂਜੇ ਹੈ ਉਹਨਾਂ ਨੂੰ ਕਹਾਂਗੇ ਗੈਰ ਰਵੈਤੀ ਉਹ ਹੈ ਹੂੰ ਹੂੰ ਉਹਨਾਂ ਨੇ ਦੂਜੀਆਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਕਹੋ ਮੈਂ ਪੁਰਾਣੀਆਂ ਪਾਰਟੀਆਂ ਨੂੰ ਦੋਨਾਂ ਨੂੰ ਕੀਤਾ ਰੱਦ ਜੀ ਕਿਉਂਕਿ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝ ਬੈਠੇ ਹਾਂ ਹਾਂ ਜਦੋਂ ਤੁਹਾਡੇ ਦਿਮਾਗ ਨੂੰ ਬਾਦਸ਼ਾਹਤ ਚੜ੍ਹ ਜੇ ਤੇ ਫਿਰ ਲੋਕ ਤੁਹਾਨੂੰ ਜਿਹੜੀ ਹੈਗੀ ਆ ਫਿਰ ਔਕਾਤ ਦਿਖਾ ਦਿੰਦੇ ਜੀ ਲੋਕਾਂ ਨੇ ਫਿਰ ਫੈਸਲਾ ਕਰ ਲਿਆ ਸੀ ਕਿ ਜੋ ਮਰਜ਼ੀ ਆ ਹੋ ਜੀ ਕਿਸੇ ਨੂੰ ਜੋ ਮਰਜ਼ੀ ਸੀ ਕਿਸਦਾ ਨਾਂ ਜਾਣੀਏ ਨਹੀਂ ਜਾਣੀਏ ਮੇਰੇ ਖਿਆਲ ਕਈ ਲੋਕ ਸਤਾਜ ਤੱਕ ਵੀ ਆਪਣੇ ਐਮਐਲਏ ਦੇ ਨਾਂ ਨਹੀਂ ਜਾਣਦੇ ਉਹਨਾਂ ਕੀ ਤਾਂ ਸ਼ਕਲ ਤੋਂ ਪਛਾਣਦੇ ਨੇ ਬਿਲਕੁਲ ਤੇ ਉਹਨਾਂ ਨੇ ਫਿਰ ਇਹ ਐ ਵੀ ਐਨ ਰਗੜ ਕੇ ਰੱਖਦੇ ਤੇ 92 ਬੰਦੇ ਇਹਨਾਂ ਦੇ ਜੁਤਾਤੇ ਹੂੰ ਹੂੰ ਮੰਤਰੀ ਮੰਡਲ ਵੀ ਬਣਾ ਲਿਆ ਹੁਣ ਜਿਹੜੀ ਜਾਣੇ ਵਾਲੀ ਹੈ ਜੀ ਆਪਾਂ ਇਹ ਕਹਿੰਦੇ ਵੀ ਜਿਹੜੇ 8 ਮੰਤਰੀਆਂ ਸਮੇਤ ਜਿਹੜੇ ਹੈਗੇ ਐ 62 ਐਮਐਲਏ ਹਾਰੇਗੇ ਉਹ ਕਿਉਂ ਹਾਰੇ ਜੀ ਜਿੰਨਾ ਸੀਟਾਂ ਦੇ ਉੱਤੇ ਚੋਣਾ ਹੋਈਆਂ ਟੋਟਲ ਤਾਂ 92 ਤੇ 117 ਦੇਉਗੇ ਹਮ ਹਮ 117 ਦੇ ਵਿੱਚੋਂ 62 ਸੀਟਾਂ ਜਿਹੀਆਂ ਐ ਜਿੱਥੋਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵਜ਼ੀਰ ਜਿਹੜੇ ਹੈਗੇ ਐ ਐਮਐਲਏ ਐਮਐਲਏ ਕਹਾਂਗੇ ਬਾਅਦ ਵਜ਼ੀਰ ਤਾਂ ਬਾਅਦ ਤੋਂ ਬਣੇਗਾ ਬਾਅਦ ਤੋਂ ਬਣਦੇ ਹਮ ਹਮ ਉੱਥੇ ਜਿਹੜੀ ਹੈਗੀ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹਮ ਹਮ ਇਹ ਬੈਸੇ ਤਾਂ ਜੇ ਇਹਨੂੰ ਆਪਾਂ ਦੇਖੀਏ ਵੀ ਗੱਲ ਕੋਈ ਖਾਸ ਨਹੀਂ ਤੇ ਖਾਸ ਵੀ ਹੈਗੀ ਹੈ ਹਮ ਹਮ ਹਾ ਇਸ ਕਰਕੇ ਕਿ ਜੇ 92 ਆ ਦੇ ਵਿੱਚੋਂ 62 ਬੰਦਿਆਂ ਦੇ ਵਿੱਚ ਜਾਂ 68 ਬੰਦਿਆਂ ਦੇ ਵਿੱਚ ਜੀ 62 ਬੰਦੇ ਦੇ ਵਿੱਚ ਲੋਕਾਂ ਨੇ بے ਵਿਸ਼ਵਾਸੀ ਪ੍ਰਗਟ ਕਰਦੀ ਹੈ ਹੂੰ ਹੂੰ ਤੇ ਫਿਰ ਸਰਕਾਰ ਦੀ ਸਥਿਤੀ ਕੀ ਹੈ ਜੀ ਹੁਣ ਇਹਦਾ ਤੁਸੀਂ ਅਗਲਾ ਪੱਖ ਦੇਖੋ ਹੂੰ ਹੂੰ ਅਗਲਾ ਪੱਖ ਦੇਖੋ ਕਿ ਜਦੋਂ ਆਮ ਤੌਰ ਦੇ ਉੱਤੇ ਕਿਸੇ ਬੰਦੇ ਬਾਰੇ ਕੋਈ ਗੱਲ ਕਰਦਾ ਹੁੰਦਾ ਹੈ ਵਿਧਾਨ ਸਭਾ ਚ ਆਜੇ ਜਾਂ ਬਾਹਰ ਆਜੇ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਜਵਾਬ ਦੇ ਦਿੰਦੇ ਮੈਂ ਇਹਦੇ ਬਾਰੇ ਕਿਉਂ ਜਵਾਬ ਦੇਵਾਂ ਮੈਂ ਕਿਉਂ ਨਾ ਮੈਂ ਇਹਦੇ ਬਾਰੇ ਗੱਲ ਕਿਉਂ ਕਰਾਂ ਇਹ ਕਿਹੜਾ ਜਿੱਥਿਆ ਵੈ ਹਾਂ ਇਹਦਾ ਲੋਕਾਂ ਨੇ ਨਕਾਰਿਆ ਵੈ ਹੂੰ ਹੂੰ ਤੇ ਕਈ ਵਾਰੀ ਫਿਰ ਉੱਥੇ ਵੀ ਕਹਿ ਦਿੰਦੇ ਸੀ ਵਿਧਾਨ ਸਭਾ 'ਚ ਜੀ ਵੀ ਇਹ ਇਹ ਛੱਡੋ ਜੀ ਛੱਡੋ ਪਰ ਇਹਨਾਂ ਦੇ ਪੱਲੇ ਕੀ ਹੈ ਇਹ ਤਾਂ ਹਾਰੇ ਹੋਏ ਹੈ ਜੀ ਇਹ ਲੋਕਾਂ ਨੇ ਨਕਾਰੇ ਹੋਏ ਹੈ ਤੇ ਢਾਣੇ ਵਾਲੀਆ ਸਭ ਤੋਂ ਬਾਅਦ ਤਾਂ ਚੋਣ ਫਿਰ ਹੁਣ ਹੋਈ ਹੈ ਹੂੰ ਹੂੰ 92 ਦੇ ਵਿੱਚੋਂ 62 ਨੂੰ ਨਕਾਰਤਾ ਰਹਿ ਗਈ ਸੀ ਜੀ ਤੇ ਜੇ ਫਿਰ ਕੱਲ ਨੂੰ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਪ੍ਰਤਾਪ ਸਿੰਘ ਬਾਜਵਾ ਜਾਂ ਦੂਜੇ ਹੋਰ ਕੋਈ ਐਮ ਐਲ اے ਹੈ ਹੂੰ ਹੂੰ ਉਹਨਾਂ ਨੇ ਸਵਾਲ ਟਾਤਾ ਕਿ ਮੁੱਖ ਮੰਤਰੀ ਜੀ ਲੈ ਨਹੀਂ ਦਿਓ ਹਾਂ ਬੋਲਣ ਦੀ ਵੀ ਤੁਹਾਨੂੰ ਲੋੜ ਨਹੀਂ ਲੋੜ ਨਹੀਂ ਤੁਹਾਨੂੰ ਵੀ ਲੋਕਾਂ ਨੇ ਨਕਾਰਤਾ ਹੂੰ ਤੁਸੀਂ ਵੀ ਨਕਾਰੇ ਹੋਏ ਹੋ ਆਪਣੇ ਆਪ ਦੇ ਵਿੱਚ ਇੱਕ ਮਤਲਬ ਜਿਹੜੀ ਹੈਗੀ ਵੱਡੀ ਗੱਲ ਹੈ ਔਰ ਇਹ ਅਗਲੀ ਗੱਲ ਦੀ ਆਪਾਂ ਦੇਖੀਏ ਹੂੰ ਤਾਂ ਮੈਂ ਤੁਹਾਨੂੰ ਵੀ ਭੇਜੀ ਸੀ ਆਪਾਂ ਹੁਣ ਚਲੋ ਉਸ ਤਰ੍ਹਾਂ ਨੂੰ ਰਿਪੀਟ ਨਹੀਂ ਕਰ ਸਕਦੇ ਪੜ ਨਹੀਂ ਸਕਦੇ ਲੇਕਿਨ ਮੁੱਖ ਮੰਤਰੀ ਸਾਹਿਬ ਦੇ ਮੁੱਛਲੇ ਜਿਹੜੇ ਬਾਲ ਹੁੰਦੇ ਸੀ ਇਹਨਾਂ ਦੇ ਯਾਰ ਮਿੱਤਰ ਦੋਸਤ ਹੂੰ ਹੁਣ ਤਾਂ ਉਹ ਵੀ ਇੰਨੇ ਨਰਾਸ਼ ਹੋ ਗਿਆ ਕਿ ਪੋਸਟਾਂ ਪੜ੍ਹਣਗੇ ਸ਼ੁਰੂ ਕਰਤੀਆਂ ਉਹਨਾਂ ਨੇ ਅੱਛਾ ਜੀ ਉਹਨਾਂ ਨੇ ਮਤਲਬ ਉਹਨਾਂ ਨੂੰ ਇੱਕ ਕਿਸਮ ਦੀ ਚੇਤਾਵਨੀ ਦੇਣੀ ਸ਼ੁਰੂ ਕਰਤੀ ਹੈ ਕਿ ਭਾਈ ਸਾਹਿਬ ਬਚ ਕੇ ਰਹੋ ਬਚ ਕੇ ਰਹੋ ਜਿਹਾ ਆਪ ਦੇ ਲੋਕਾਂ ਨੇ ਤੁਹਾਡੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਹੂੰ ਹੂੰ ਤੇ ਤੁਸੀਂ ਜਿਹੜੇ ਹੈਗੇ ਪੰਜਾਬ ਦੇ ਲੋਕਾਂ ਨੂੰ ਕਿਸੇ ਹੋਰ ਦੇ ਗੁਲਾਮ ਨਾ ਬਣਾਓ ਜੀ ਉਹ ਹੁਣ ਸਵਾਲ ਫੇਰੇ ਪੈਦਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਗੁਲਾਮ ਕਿਵੇਂ ਬਣਾਉਂਦੇ ਹੂੰ ਹੂੰ ਉਹ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਹੋਰ ਦੀ ਅਧੀਨਗੀ ਕਬੂਲ ਕਰੋਗੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤਾਂ ਫਿਰ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧਤਾ ਤੁਸੀਂ ਨਾ ਤਾਂ ਲੋਕ ਫਿਰ ਮਤਲਬ ਇਸ ਗੱਲ ਦੇ ਉੱਤੇ ਕਿ ਤੁਸੀਂ ਸਾਨੂੰ ਗੁਲਾਮ ਬਣਾਉਨੇ ਹੋ ਜੀ ਤੁਹਾਡੇ ਕੋਲੇ ਉਹ ਜਿਹੜੇ ਕਹਿੰਦੇ 2.5 ਸਾਲ ਹੈਗੇ ਆ ਉਹਨਾਂ ਦੇ ਪ੍ਰੋਫੈਸਰ ਮਿੱਤਰਾ ਇੱਕ ਮੈਂ ਉਹਨਾਂ ਦੀ ਪੋਸਟ ਪੜ੍ਹ ਰਿਹਾ ਸੀ ਔਰ ਗਾਹਬ ਗਾਹੂ ਕਹਿੰਦੇ ਵੀ ਇਹ ਇਹ ਵੀ ਕਹਿ ਰਹੇ ਸੀ ਪ੍ਰੋਫੈਸਰ ਸਾਬ ਕਿ ਮੈਨੂੰ ਯਾਰ ਤੁਹਾਡੇ ਬੰਦੇ ਆ ਨਾ ਉਹ ਟੈਲੀਫੋਨ ਕਰਕੇ ਕਈ ਵਾਰੀ ਝਰਕਾ ਵੀ ਦਿੰਦੇ ਆ ਹਾਂਜੀ ਕਿ ਜੇ ਕੋਈ ਐਸਾ ਕੀਤਾ ਤਾਂ ਐਸਾ ਕੀਤਾ ਪਰ ਮੈਂ ਪੰਜਾਬ ਦੇ ਹਿੱਤਾਂ ਨਾਲ ਖੜੋਤਾ ਤੇ ਜੇ ਪੰਜਾਬ ਦੇ ਹਿੱਤਾਂ ਨਾਲ ਖਲਵਾੜ ਹੁੰਦਾ ਹੋਊ ਤਾਂ ਭਾਈ ਫਿਰ ਮੈਂ ਬੋਲੇ ਬਿਣਾ ਨਹੀਂ ਰਹਿ ਸਕਦਾ ਭਾਵੇਂ ਭਾਵੇਂ ਦਾ ਮਤਲਬ ਹੈ ਕਿ ਤੁਸੀਂ ਪਰਚੇ ਪੁਚੇ ਕਰਾਓ ਕਰ ਲੋ ਕਰਾ ਲੋ ਇਹ ਹੁੰਦਾ ਨੇ ਵਾਲੀ ਸਭਾ ਆਪਣੇ ਆਪ ਦੇ ਵਿੱਚ ਹੈ ਪਰ ਫਿਰ ਵੀ ਆਪਾਂ ਇਹ ਦੇਖੀਏ ਕਿ ਆਮ ਆਦਮੀ ਪਾਰਟੀ ਦੀ ਹਾਲਤ ਅੱਜ ਵੀ ਜੇ ਕਿਤੇ ਮਾੜੀ ਮੋਟੀ ਕਿਤੇ ਨੇ ਇੱਜ਼ਤ ਰੱਖੀਏ ਤਾਂ ਪੰਜਾਬ ਨੇ ਨਹੀਂ ਰੱਖੀਏ ਹਾਂਜੀ ਕਿਉਂਕਿ ਭਾਰਤ ਦੇ ਬਾਕੀ ਥਾਵਾਂ ਤੇ ਵੀ ਤਾਂ ਬੰਦੇ ਇਹਨਾਂ ਦੇ ਖੜੇ ਹੋਏ ਸੀ ਹਾਂਜੀ ਮੈਨੂੰ ਤਾਂ ਨਹੀਂ ਲੱਗਦੀ ਵੀ ਇੰਡੀਆ ਦੇ ਵਿੱਚ ਕਿਤੇ ਹੋਰ ਇਹਨਾਂ ਦਾ ਕੋਈ ਬੰਦਾ ਜਿੱਤੇ ਜੋ ਆਪਣੇ ਸਾਹਮਣੇ ਹੁਣ ਨਤੀਜਾ ਸਿਰਫ ਤਿੰਨ ਬੰਦੇ ਆ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਚ ਜੀ ਔਰ ਉਹ ਤਿੰਨ ਪੰਜਾਬ ਤੋਂ ਜਾ ਰਹੇ ਜਿਵੇਂ ਪਿਛਲੀ ਵਾਰੀ ਚਾਰ ਗਏ ਸੀ ਹੂੰ ਹੂੰ ਇਹਦਾ ਮਤਲਬ ਹੈ ਕਿ ਪੰਜਾਬ ਨੇ ਤੁਹਾਡੇ 'ਚ ਵਿਸ਼ਵਾਸ ਪ੍ਰਗਟ ਕੀਤਾ ਤੇ ਜੇ ਤੁਸੀਂ ਪੰਜਾਬੀਆਂ ਦਾ ਵਿਸ਼ਵਾਸ ਬਰਕਰਾਰ ਨਹੀਂ ਰੱਖਦੇ ਤੇ ਫਿਰ ਇਹ ਦੇਖ ਲਓ ਕਿ 92 ਦੇ ਵਿੱਚੋਂ 62 ਜਿਹੜੀ ਉਹ ਵਾਟ ਪਾਈ ਲੋਕਾਂ ਨੇ ਉਲਟਾਤੇ ਉਲਟਾਤੇ ਉਹਨਾਂ ਦੇ ਖਿਲਾਫ ਲੋਕਾਂ ਨੇ ਕਿਸਮ ਦਾ ਫਤਵਾ ਦੇ ਦਿੱਤਾ ਜੀ ਟਲੋਸਬ ਜਿਵੇਂ ਫਤਵਾ ਆਇਆ ਤੇ ਉਧਰ ਜੋ ਸਥਿਤੀ ਕਾਲੀ ਦਲ ਦੀ ਹੋਈ ਹੈ ਕਾਲੀ ਦਲ ਦੇ ਵਿੱਚ ਕੀ ਬਗਾਵਤ ਦੇ ਸੋਰ ਜਾਂ ਕੋਈ ਫੇਰ ਬਦਲ ਜਾਂ ਕੋਈ ਐਹੋ ਜੀ ਘਟਨਾ ਹਜੇ ਉਡੀਕ ਹੋ ਰਹੀ ਹੈ ਜਾਂ ਕੇਂਦਰ ਦੀ ਸਰਕਾਰ ਉਡੀਕੀ ਜਾ ਰਹੀ ਹੈ ਕੀ ਹੋ ਰਿਹਾ ਜਾਂ ਕਿਉਂ ਜਿਹੜਾ ਕੀ ਕਾਰਨ ਹੈ ਕਿ ਜਿਵੇਂ ਆਪਾਂ ਗੱਲ ਕਰੀਏ ਕਿ ਹਰ ਪਹਿਲੂ ਦੇ ਨਜ਼ਰੀਏ ਕੀ ਗੱਲ ਕੋਈ ਇਹ ਤਾਂ ਨਹੀਂ ਵੀ ਡੀਪ ਸਟੇਟ ਜਿਹੜਾ ਹੈਗਾ ਬਾਲਦਲਾ ਨੂੰ ਹਾਲ ਦੀ ਘੜੀ ਚੋਂਦਾ ਰੱਖ ਰਿਹਾ ਦੇਖੋ ਬਗਾਵਤ ਵਾਲੀ ਗੱਲ ਤਾਂ ਨਹੀਂ ਹਲੇ ਆਪਾਂ ਕਹਿ ਸਕਦੇ ਲੇਕਿਨ ਅਕਾਲੀ ਦਲ ਚ ਬੇਚੈਨੀ ਜ਼ਰੂਰ ਹੈ ਜੀ ਬੇਚੈਨੀ ਦਾ ਵੱਡਾ ਕਾਰਨ ਵੀ ਇਹ ਹੋਈ ਹੈ ਕਿ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੁੰਦੀ ਸੀ ਕਿਸੇ ਜ਼ਮਾਨੇ ਚ ਜੀ ਪੋਜੀਸ਼ਨ ਡਾਊਨ ਹੁੰਦੇ ਹੁੰਦੇ ਬਹੁਤ ਹੋ ਗਈ ਆਮ ਤੌਰ ਤੇ ਜੇ ਆਪ ਦੇਖਦੇ ਕਿ ਅਕਾਲੀ ਦਲ ਇੱਕ ਰੀਜਨਲ ਪਾਰਟੀ ਹੈ ਇੱਕ ਅਜਿਹੇ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੀ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਭਾਵੇਂ ਉਹ ਬਹੁਗਿਣਤੀ ਦੇ ਵਿੱਚ ਹੈ ਪਰ ਦੇਸ਼ ਦੇ ਵਿੱਚ ਉਹ ਘੱਟ ਗਿਣਤੀ ਹੈ ਘੱਟ ਗਿਣਤੀ ਦੇ ਵਿੱਚ ਹੋਣ ਦੇ ਬਾਵਜੂਦ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਵੱਖਰਾ ਜਿਹੜਾ ਹੈਗਾ ਰੁਤਬਾ ਹੈ ਉਹਨਾਂ ਦੀ ਇੱਕ ਵੱਖਰੀ ਪਛਾਣ ਹੈ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਵੀ ਅਜਿਹੀ ਉੱਚੀ ਜਗ੍ਹਾ ਹੋਊ ਜਿੱਥੇ ਪੰਜਾਬੀ ਨਹੀਂ ਪਹੁੰਚੀ ਹੋਣਗੇ ਜੀ ਸਿੱਖ ਨਹੀਂ ਪਹੁੰਚੇ ਹੋਣਗੇ ਬਦੇਸ਼ਾਂ ਦੇ ਵਿੱਚ ਆਪਾਂ ਦੇਖੀ ਤੇ ਕਈ ਵਿਕਸਿਤ ਦੇਸ਼ਾਂ ਦੇ ਵਿੱਚ ਤਾਂ ਵਜ਼ੀਰਾਂ ਤੱਕ ਵੀ ਉਹਨਾਂ ਦੇ ਕੋਲੇ ਹੈਗੀਆਂ ਕਾਰੋਬਾਰ ਉਹਨਾਂ ਨੇ ਬਹੁਤ ਵੱਡੇ ਵੱਡੇ ਉਸਾਰੇ ਦੇ ਇਹਦੇ ਨਾਲ ਹੀ ਜੇ ਆਪਾਂ ਦੇਖੀਏ ਬਾਬੇ ਨਾਨਕ ਦਾ ਜਿਹੜਾ ਜਾ ਗੁਰੂ ਗੋਬਿੰਦ ਸਾਹਿਬਾਨ ਦਾ ਜਿਹੜਾ ਸਾਨੂੰ ਦਿੱਤਾ ਹੋਇਆ ਸੰਦੇਸ਼ ਹੈ ਹੂੰ ਹੂੰ ਉਹਦੇ ਤੇ ਵੀ ਉਹ ਮਾਨਸਕੀ ਜਾਤ ਸਭ ਇੱਕਾ ਪਹਿਚਾਨ ਉਹਦੇ ਤੇ ਵੀ ਪਹਿਰਾ ਦਿੰਦੇ ਜੀ ਔਰ ਜੇ ਆਪਾਂ ਦੇਖੀਏ ਲੰਗਰ ਦੀ ਪ੍ਰਥਾ ਨੂੰ ਵੀ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ ਇਹ ਸਾਰੇ ਮਾਮਲਿਆਂ ਦੇ ਵਿੱਚ ਜੇ ਆਪਾਂ ਇਹ ਕਰਕੇ ਦੇਖੀਏ ਤੇ ਉਸ ਜਿਹੜੇ ਉਹਨਾਂ ਦੀ ਇੱਕ ਨਮੈਂਦਾ ਪਾਰਟੀ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਰਹੀ ਹੈ ਤੇ ਜਿਹੜੀ ਪਾਰਟੀ 1920 ਵਿੱਚ ਉਦੋਂ ਪੈਦਾ ਹੋਈ ਸੀ ਜੀ ਜਦੋਂ ਗੁਰਦ ਆਮਾ ਨੂੰ ਮਹੰਤਾ ਤੋਂ ਛਡਾਉਣ ਵਾਸਤੇ ਇੱਕ ਅੰਦੋਲਨ ਚੱਲਦਾ ਸੀ ਜੀ ਔਰ ਅੰਦੋਲਨ ਚਲਾਉਣ ਵਾਸਤੇ ਫਿਰ ਇਹ ਵੀ ਇਹਨਾਂ ਦੀ ਜਗ੍ਹਾ ਕੌਣ ਲਵੇ ਜੀ ਇੱਕ ਕਮੇਟੀ ਬਣਾਈ ਗਈ ਸੀ ਜਿਹਦਾ ਨਾਮ ਸ਼੍ਰੋਮਣੀ ਕਮੇਟੀ ਬਾਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਇੱਕ ਐਕਟ ਦੇ ਰਾਹੀਂ ਬਣਾਈ ਸੀ ਪੰਜਾਬ ਵਿਧਾਨ ਸਭਾ ਦਾ ਐਕਟ ਸੀ ਤਾਂ ਉਸ ਵੇਲੇ ਐਸੀ ਕਿ ਕੋਈ ਹਰਾਵਲ ਦਸਤਾ ਚਾਹੀਦਾ ਜੀ ਜਿਹੜਾ ਇਸ ਮੁਹਿੰਮ ਨੂੰ ਲਾਂਬੰਦ ਕਰੇ ਤੇ ਪਹਿਲਾਂ ਫਿਰ ਇਹ ਜਥੇ ਬਣੇ ਹੋਏ ਸੀਗੇ ਅਕਾਲੀ ਜਥਾ ਅਲਾਕਾ ਪੱਧਰ ਤੇ ਜੀ ਅਲਾਕਾ ਤੋਂ ਕੋਈ ਥਾਂ ਤੇ ਫਿਰ ਜ਼ਿਲ੍ਹਾ ਪੱਧਰ ਤੇ ਬਣ ਗਏ ਫਿਰ ਇਹ ਬਣਾ ਲੈ ਕੇ ਇੱਕ ਆਰਗੇਨਾਈਜੇਸ਼ਨ ਚਾਹੀਦੀ ਹੈ ਜਿਹਦਾ ਨਾਮ ਸੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ 1920 ਦੇ ਵਿੱਚ ਬਣਿਆ ਵਾ ਸੀ ਜੀ ਅੱਜ ਉਸ ਅਕਾਲੀ ਦਲ ਦੀ ਹਾਲਤ ਕੀ ਹੋ ਗਈ ਹੈ ਹਮਮ ਆਪਾਂ ਪਿਛਲੇ ਸਮੇਂ ਚ ਗੱਲ ਕਰਦੇ ਆ ਕਿ ਇਹਨਾਂ ਦੀ ਨੁਮਾਇੰਦਗੀ ਬਹੁਤ ਘਟ ਗਈ ਹੈ ਠੀਕ ਹੈ ਬਾਦਲ ਪਰਿਵਾਰ ਨੂੰ ਤਸੱਲੀ ਹੋ ਸਕਦੀ ਹੈ ਕਿ ਜੀ ਬੀਬੀ ਹਰਸਿਮਰਤ ਕੌਰ ਬਾਦਲ ਬ੍ਰਿਟੰਡੇ ਤੋਂ ਚੋਣ ਜਿੱਤ ਗਈ ਤੇ ਚੰਗੀਆਂ ਵਧੀਆ ਵੋਟਾਂ ਨਾਲ ਵੋਟਾਂ ਦੇ ਨਾਲ ਉਹਨਾਂ ਨੇ ਚੋਣ ਜਿੱਤੀ ਹੈ ਪਰ ਬਾਕੀ ਸਥਿਤੀ ਕੀ ਹੈ ਦੇਸ਼ ਦੇ ਵਿੱਚ ਆ ਸੂਬੇ ਦੇ ਵਿੱਚ ਉਹਦੇ ਤੇ ਆਪਾਂ ਦੇਖੀਏ ਮੇਰੇ ਕੋਲੇ ਇੱਕ ਅੰਕੜਾ ਹੈ ਤੁਸੀਂ ਵੀ ਉਹ ਪੜਿਆ ਹੋਣਾ ਪਰ ਸਾਨੂੰ ਸਾਡੇ ਜਿਹੜੇ ਹੈਗੇ ਸਰੋਤੇ ਉਹਨਾਂ ਨਾਲ ਸਾਂਝਾ ਕਰਨਾ ਪੜੇ ਉਹਦੇ ਜੇ ਕਿ ਅੱਜ ਅਸੀਂ ਸਾਡੀ ਹਾਲਤ ਕਾਲੀ ਦਲ ਦੀ ਕਿੱਥੇ ਪਹੁੰਚ ਗਈ ਲਓ ਜੀ ਜੇ ਹੁਣ ਆਪਾਂ ਦੇਖੀਏ ਕਿ ਇਹਨਾਂ ਚੋਣਾਂ ਦੇ ਵਿੱਚ ਕਿੰਨੇ ਕਿੰਨੇ ਪਰਸੈਂਟ ਵੋਟਾਂ ਹਾਸਲ ਹੋਈਆਂ ਜੀ ਸਭ ਤੋਂ ਵੱਧ ਵੋਟ ਹਾਸਲ ਹੋਈ ਹੈ ਜੀ ਆਮ ਆਦਮੀ ਪਾਰਟੀ ਨੂੰ 26.2% ਹੈ ਜੀ ਨੰਬਰ 2 ਦੇ ਉੱਤੇ ਆਉਂਦੀ ਹੈ ਜੀ ਫਿਰ ਨਹੀਂ ਸਭ ਸਭ ਤੋਂ ਪਹਿਲਾ ਨੰਬਰ 1 ਦੇ ਉੱਤੇ ਆਉਂਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਕਾਂਗਰਸ ਪਾਰਟੀ ਜੀ 26.3% ਹੈ ਜੀ ਨੰਬਰ 2 ਦੇ ਉੱਤੇ ਆਉਂਦੀ ਹੈ ਆਮ ਆਦਮੀ ਪਾਰਟੀ ਜੀ ਦੀ 26.2% ਹੈ ਬਰਾਬਰੀ ਆ ਗਈ ਹਾਂਜੀ ਹਾਂਜੀ ਬਰਾਬਰ ਆ ਗਈ ਫਿਰ ਆਉਂਦੀ ਹੈ ਭਾਜਪਾ ਹੂੰ ਭਾਜਪਾ ਦੀ ਹੈਗੀ 18.56% ਜੀ ਅਕਾਲੀ ਦਲ ਜਿਹੜਾ ਹੈ ਜੀ ਸਭ ਤੋਂ ਥੱਲੇ ਆਉਂਦਾ ਹੈ ਇਹਨਾਂ ਤੋਂ 13.42% ਜੀ ਜੇ ਤੁਸੀਂ ਇਹ ਦੇਖੋ ਕਿ 5% ਦੀ ਭਾਜਪਾ ਤੋਂ ਵੀ ਘਟ ਗਈ ਹੈ ਅਕਾਲੀ ਦਲ ਦੀ ਵੋਟ ਪਰਸੈਂਟੇਜ ਤੇ ਫਿਰ ਆਪਾਂ ਚਿੰਤਾ ਦਾ ਵਿਸ਼ਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਜਪੀ ਪੰਜਾਬ ਦੀ ਪਾਰਟੀ ਨਹੀਂ ਹੈ ਨਹੀਂ ਹੈ ਭਾਜਪੀ ਜਿਹੜੀ ਹੈਗੀ ਹੈ ਉਹ ਆਰਐਸਐਸ ਦਾ ਇੱਕ ਪੋਲੀਟੀਕਲ ਬਿੰਗ ਹੈ ਔਰ ਆਰਐਸਐਸ ਆਪਣੇ ਪੱਦਰ ਦੇ ਉੱਤੇ ਜਾਂ ਭਾਜਪੀ ਆਪਣੇ ਪੱਦਰ ਦੇ ਉੱਤੇ ਕਦੇ ਵੀ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਈ 1967 ਦੇ ਵਿੱਚ 1 ਨਵੰਬਰ 1967 ਦੇ ਵਿੱਚ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ ਹੈ। ਉਸ ਤੋਂ ਬਾਅਦ 67 ਦੇ ਵਿੱਚ ਪਹਿਲੀਆਂ ਚੋਣਾਂ ਹੁੰਦੀਆਂ। ਪਹਿਲੀਆਂ ਚੋਣਾਂ ਦੇ ਵਿੱਚ ਵੀ ਉਸ ਵੇਲੇ ਕਿਉਂਕਿ ਇਹ ਫੈਸਲਾ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਦੇ ਖਿਲਾਫ ਇੱਕ ਸਾਂਝਾ ਮੋਰਚਾ ਉਸਾਰਿਆ ਜਾਵੇ। ਜੀ। ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਗੈਰ ਕਾਂਗਰਸੀ ਪੋਲੀਟੀਕਲ ਪਾਰਟੀਆਂ ਸੀ ਉਹਨਾਂ ਨੇ ਇੱਕ ਫਰੰਟ ਬਣਾ ਲਿਆ ਸੀ। ਔਰ ਉਸ ਫਰੰਟ ਦੇ ਤਹਿਤ ਉਹਨਾਂ ਨੇ ਚੋਣਾਂ ਲੜੀਆਂ ਸੀ ਉਹਨੂੰ ਜਨ ਸੰਗ ਹੁੰਦੀ ਸੀ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਹਿਲਾ ਰੂਪ ਹੈ ਉਹਦਾ ਨਾਮ ਜਨ ਸੰਗ ਸੀ। ਜਨਸੰਘ ਇਹਨਾਂ ਦੇ ਨਾਲ ਇਲੈਕਸ਼ਨ ਵੀ ਲੜੀ ਉਹਨਾਂ ਨੇ ਔਰ ਉਹ ਇਹਨਾਂ ਦੇ ਨਾਲ ਬਾਜ਼ਾਰਤ ਦੇ ਵਿੱਚ ਵੀ ਜਦੋਂ ਵੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਰੂਪ ਤੇ ਅੱਜ ਵਾਲਾ ਰੂਪ ਜਿਵੇਂ ਆਪਾਂ ਦੇਖੀ ਇਹਨਾਂ ਨੂੰ ਤਾਕਤ ਮਿਲੀ ਤੇ ਇਹ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਹੀ ਤਾਕਤ ਹਾਸਲ ਕੀਤੀ ਹੈ ਜੀ ਲੇਕਿਨ ਅੱਜ ਹੁਣ ਜਿਹੜੀ ਜਿਹੜੀ ਪਾਰਟੀ ਤੁਹਾਡੇ ਕੋਲੇ ਆਟਾ ਮੰਗਣ ਵਾਸਤੇ ਆਈ ਸੀ ਹੂੰ ਹੂੰ ਜਾਂ ਜਿਵੇਂ ਆਪਣੇ ਇੱਕ ਪੰਜਾਬੀ ਦੀ ਕਹਾਵਤ ਅੱਗ ਲੈਣ ਆਈ ਤੇ ਘਰ ਅੱਗ ਨੂੰ ਅੱਗ ਲੈਣ ਆਈ ਤੇ ਘਰ ਦੇ ਮਾਲਕਨ ਵਾਲੇ ਬਣ ਕੇ ਬਣ ਕੇ ਬੈਠ ਗਈ ਇਹ ਫਿਰ ਚਿੰਤਾ ਦਾ ਵਿਸ਼ੇ ਕਾਂਗਰਸ ਪਾਰਟੀ ਜਿਹਨੂੰ ਅਸੀਂ ਸਿੱਖਾਂ ਦੀ ਦੁਸ਼ਮਣ ਕਹਿੰਦੇ ਆ ਕਿਉਂਕਿ ਅੱਜ ਕੱਲ ਜਿਹੜੇ ਆਪਾਂ ਦੌਰ ਚੋਂ ਲੰਘ ਰਹੇ ਆ ਇਹ ਉਹ ਦੌਰ ਹੈ ਜਿਹਨੂੰ ਤੀਜਾ ਕੱਲੂ ਕਾਰਾ ਕਹਿੰਦੇ ਤੀਜੇ ਕੱਲੂ ਘਰ ਇਹਦੇ ਦੌਰ ਦੇ ਵਿੱਚ ਜੇ ਅੱਜ ਆਪਾਂ ਦੇਖੀਏ ਕਿ ਕਾਂਗਰਸ ਪਾਰਟੀ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਸ਼ੁਰੂ ਹੁੰਦਾ ਉਹ ਤੋਂ ਵੀ 40 ਸਾਲਾਂ ਦੇ ਵਿੱਚ ਕਿੱਥੇ ਪਹੁੰਚੀ 40 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਕਿੱਥੇ ਪਹੁੰਚ ਗਈ ਤੇ ਜੇ ਪਹੁੰਚਣ ਦਾ ਕਾਰਨ ਕੀ ਹੈ ਜੀ ਉਹਦਾ ਜਦੋਂ ਆਪਾਂ ਐਨਾਲਿਸਿਸ ਕਰਾਂਗੇ ਤਾਂ ਤੁਸੀਂ ਇਹ ਦੇਖੋ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਇੱਕ ਹੋਰ ਕਾਂਡ ਹੋਇਆ ਸੀ ਦੀਨੂ ਆਪਾਂ ਕਹਿੰਦੇ ਆ ਨਰੰਕਾਰੀ ਤੇ ਸਿੱਖ ਟਕਰਾ ਟਕਰਾ ਉਹ ਕਾਂਡ ਹੋਇਆ ਸੀ ਉਹ 13 April 1978 ਨੂੰ ਹੋਇਆ ਸੀ ਔਰ 13 April 1978 ਨੂੰ ਕਦੋਂ ਹੋਇਆ ਸੀ ਜਦੋਂ ਨਰੰਕਾਰੀਆਂ ਨੇ ਅੰਮ੍ਰਿਤਸਰ ਦੇ ਦੇ ਨੇੜੇ ਉਹਨਾਂ ਨੇ ਆਪਣਾ ਇੱਕ ਸਮਾਗਮ ਲਾਇਆ ਸੀ ਤੇ ਉਹ ਸਮਾਗਮ ਦਾ ਜਿਹੜੇ ਹੈਗੇ ਸਿੱਖ ਸੰਗਤਾਂ ਵਿਰੋਧ ਕਰ ਰਹੇ ਸੀ ਖਾਸ ਕਰਕੇ ਅਖੰਡ ਅਖੰਡ ਕੀਰਤਨੀ ਜਦੋਂ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਜਿਹੜੇ ਹੈ ਸਿੰਘ ਉਹ ਜਿਹੜੋ ਵਿਰੋਧ ਕਰ ਰਹੇ ਸੀ ਤੇ ਇਹ ਗੱਲ ਤਾਂ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਹੈ ਜੀ ਜਿੱਥੇ ਉਸ ਵੇਲੇ ਦੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਭਾਸ਼ਣ ਕਰਦੇ ਆ ਗੱਲ ਕਹੀ ਸੀ ਕਿ ਉਦੋਂ ਦੇ ਡੀਆਈਜੀ ਇੰਟੈਲੀਜੈਂਸ ਉਹਨਾਂ ਨੇ ਸ਼ਾਇਦ ਨਾਮ ਵੀ ਲਿਆ ਸੀ ਜੀ ਕਿਸੇ ਦਾ ਕਿ ਉਹਨੇ ਮੇਰੇ ਤਾਇਆ ਜੀ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਵੇਲੇ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜਿਹੜੀ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਨਰੰਗਕਾਰੀਆਂ ਨੂੰ ਤੇ ਆਪਾਂ ਇਹ ਪ੍ਰਵਾਨਗੀ ਰੱਦ ਕਰ ਦਿੱਤੀ ਤੇ ਨਹੀਂ ਤਾਂ ਟਕਰਾਉ ਹੋ ਤੇ ਕਹਿੰਦੇ ਬਾਦਲ ਸਾਹਿਬ ਨੇ ਇਗਨੋਰ ਕਰਤਾ ਸੀ ਉਹਨੂੰ ਵੀ ਨਹੀਂ ਯਾਰ ਇਹਨਾਂ ਨੂੰ ਨਹੀਂ ਆਪਾਂ ਇਸ ਤਰ੍ਹਾਂ ਨਹੀਂ ਰਾਜਨੀ ਕਰਨੀ ਕਾਰਨ ਇਹ ਸ਼ਾਇਦ ਵੋਟ ਬੈਂਕ ਕੋ ਵੀ ਜੀ ਤੇ ਨਤੀਜਾ ਹੋਇਆ ਕਿ ਇਹਨਾਂ ਨੇ ਪ੍ਰਬੰਧ ਕੀ ਰਾਜਨੀ ਕੀਤੀ ਉਹਨਾਂ ਨੇ ਸਮਾਗਮ ਸ਼ੁਰੂ ਕਰ ਲਿਆ ਸਿੰਘ ਉਧਰ ਨੂੰ ਚਲੇ ਗਏ ਉੱਥੇ ਟਕਰਾਉ ਹੋ ਗਿਆ ਤੇ 13 ਬੰਦੇ ਮਾਰੇ ਗਏ ਸੀ ਜੀ 13 ਬੰਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਜਿਹੜਾ ਹੈਗਾ ਨਿਰੰਕਾਰੀ ਚੀਫ ਨੂੰ ਗੁਰਵਚਨ ਸਿੰਘ ਨੂੰ ਇੱਥੋਂ ਭੱਜਿਆ 6 ਪੈਸੇ ਹੀ ਦਿੱਤਾ ਗਿਆ ਉਹਨੂੰ ਕੋਰੀਡੋਰ ਸੀ ਪੈਸੇਜ ਕੱਢਿਆ ਗਿਆ ਕੱਢਣ ਤੋਂ ਬਾਅਦ ਫਿਰ ਉਹ ਨਾਜਰਾ ਹੈਗਾ ਕੇਸ ਉਹ ਪੰਜਾਬ ਚ ਟ੍ਰਾਂਸਫਰ ਹੋ ਕੇ ਹਰਿਆਣਾ ਦੇ ਵਿੱਚ ਉਹ ਕੇਸ ਬਰੀ ਹੋਇਆ ਔਰ ਬਰੀ ਹੋਣ ਤੋਂ ਬਾਅਦ ਉਸ ਕੇਸ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਨੇ ਅਪੀਲ ਕਰਨੀ ਸੀ ਜੀ ਉਹ ਵੀ ਨਹੀਂ ਕੀਤੀ ਸੋ ਜੇ ਹੁਣ ਆਪਾਂ ਇਹ ਦੇਖੀਏ ਕਿ ਕਾਂਗਰਸ ਪਾਰਟੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਜੀ ਬਲੂ ਸਟਾਰ ਤੋਂ ਬਾਅਦ ਕਾਂਗਰਸ ਪਾਰਟੀ ਕੈਬਨਿਟ ਇਥੇ ਆਪਣੀ ਸਰਕਾਰਾਂ ਬਣਾ ਗਈ ਜੀ ਤੇ ਇਸ ਵੇਲੇ ਵੀ 7 ਸੀਟਾਂ ਲੈ ਕੇ ਉਹ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ ਇਦਾ ਜਿ ਕਾਰਨ ਲੋਕਾਂ ਨੇ ਫਿਰ ਅਕਾਲੀ ਦਲ ਨੂੰ ਕਿਉਂ ਪਿਛਾੜਿਆ ਅਕਾਲੀ ਦਲ ਨੂੰ ਇਸ ਕਰਕੇ ਪਿਛਾੜਿਆ ਕਿਉਂਕਿ ਅਕਾਲੀ ਦਲ ਦੇ ਜਮਾਨੇ ਦੇ ਵਿੱਚ ਹੀ ਨਿਰੰਕਾਰੀ ਤੇ ਸਿੱਖ ਟਕਰਾਅ ਹੋਇਆ ਸੀ ਜਿਹਨੂੰ ਟਾਲਿਆ ਜਾ ਸਕਦਾ ਟਾਲਿਆ ਜਾ ਸਕਦੇ ਉਸ ਤੋਂ ਬਾਅਦ ਫਿਰ ਆਪਾਂ ਦੇਖੀਏ ਆਪਰੇਸ਼ਨ ਬਲੂ ਸਟਾਰ ਬਲੂ ਸਟਾਰ ਹੋ ਗਿਆ ਆਪਰੇਸ਼ਨ ਆਫ ਬਲੂ ਸਟਾਰ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਕੇਂਦਰ ਸਰਕਾਰ ਦੇ ਨਾਲ ਔਰ ਉਹਨਾਂ ਮੀਟਿੰਗਾਂ ਦੇ ਵਿੱਚ ਕੌਣ ਕੌਣ ਲੋਕ ਜਾਂਦੇ ਸੀ ਉਹ ਜਿਹੜਾ ਵਾਈਟ ਪੇਪਰ ਜਾਰੀ ਕੀਤਾ ਸੀ ਉਸ ਵੇਲੇ ਉਸ ਵਾਈਟ ਪੇਪਰ ਦੇ ਵਿੱਚ ਜਿਹੜੇ 21 ਹੁੰਦੇ ਆ ਆਪਣੇ ਤੋਂ ਡੇ ਟੈਕਨੀਕਲ ਮੇਰੇ ਕਹੇ ਨੀ ਟੈਕਨੀਕਲ ਹੁੰਦੇ ਨਾ ਹਵਾਈ ਅੱਡੇ ਦੇ ਚ ਦੇ ਵਿੱਚੋਂ ਬਣਾਇਆ ਹੁੰਦਾ ਟੈਕਨੀਕਲ ਕੰਪਾਊਂਡ ਬਣਾਇਆ ਹੁੰਦਾ ਕੋਈ ਉਹ ਇਲਾਕਾ ਹੁੰਦਾ ਜਿਹੜਾ ਹੁੰਦਾ ਉਹਨੂੰ ਠੀਕ ਠੂਕ ਕਰਨ ਵਾਲਾ ਚਾਹਤਾ ਹਾਂ ਹਾਂ ਉੱਥੇ ਬੈਠ ਕੇ ਮੀਟਿੰਗਾਂ ਹੁੰਦੀਆਂ ਰਹਿੰਗੀਆਂ ਜੇਲ੍ਹਾਂ ਦੇ ਵਿੱਚੋਂ ਲੈ ਕੇ ਮੀਟਿੰਗਾਂ ਹੁੰਦੀਆਂ ਰਹਿੰਗੀਆਂ ਦਿੱਲੀ 'ਚ ਮੀਟਿੰਗਾਂ ਹੁੰਦੀਆਂ ਰਹਿੰਗੀਆਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਹੁੰਦੀਆਂ ਰਹਿੰਗੀਆਂ ਤੇ ਉਹਨਾਂ ਦੇ ਵਜ਼ੀਰਾਂ ਦੇ ਨਾਲ ਵੀ ਹੁੰਦੀਆਂ ਰਹਿੰਗੀਆਂ ਉਹ ਕੌਣ ਕਰਦਾ ਸੀ ਔਰ ਲਾਸਟ ਚਿੱਠੀ ਜਿਹੜੀ ਹੈਗੀ ਹੈ ਜਿਹੜੀ ਕਹਿੰਦੇ ਆਰਕੇਤਵਰ ਨੂੰ ਚਿੱਠੀ ਲਿਖੀ ਸੀ ਸਖਤ ਹਰਜਨ ਸਿੰਘ ਲੋਂਗੋਵਾਲ ਦੇ ਨਾਂ ਹੇਠ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਹੁਣ ਬਹੁਤ ਹੋ ਗਈ ਜੀ ਹੁਣ ਸਰਦਾ ਨਹੀਂ ਔਰ ਬਾਦਲ ਸਾਹਿਬ ਦਾ ਨਾਂ ਲਿਖਿਆ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਿੱਜੀ ਗੱਲਬਾਤ ਤੇ ਰਾਹੀ ਨਿੱਜੀ ਮੀਟਿੰਗ ਦੇ ਰਾਹੀ ਤੁਹਾਨੂੰ ਹਾਲਾਤਾਂ ਤੋਂ ਪਹਿਲੇ ਹੀ ਜਾਣੂ ਕਰਾ ਚੁੱਕੇ ਕਿ ਹਾਲਾਤ ਕਿਹੋ ਜਿਹੇ ਹੁਣ ਸਮਾਂ ਆ ਗਿਆ ਜੀ ਉਹ ਤੋਂ ਬਾਅਦ ਆਪਰੇਸ਼ਨ ਬਲੂ ਸਟਾਰਟ ਹੁੰਦਾ ਹੈ ਇਸ ਲਈ ਭਾਵੇਂ ਉਹਨਾਂ ਨੇ ਆਪਰੇਸ਼ਨ ਬਲੂ ਸਟਾਰਟ ਕੀਤਾ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਲੋਕੇ ਸਮਝਦੇ ਆ ਕਿ ਇਹਨਾਂ ਹਾਲਾਤਾਂ ਨੂੰ ਇੱਥੋਂ ਤੱਕ ਲਿਆਉਣ ਵਾਸਤੇ ਜੀ ਜ਼ਿੰਮੇਵਾਰੀ ਚ ਅਕਾਲੀ ਦਲ ਵੀ ਨਹੀਂ ਬਚ ਸਕਦਾ ਸੋ ਕੁਲਮ ਲਾ ਕੇ ਜੇ ਆਪਾਂ ਦੇਖੀਏ ਜਿਹੜੇ ਇਸ ਕਿਸਮ ਦੇ ਹਾਲਾਤ ਬਣੇ ਹੋਏ ਹੈ ਤੇ ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਭਾਵੇਂ ਇੱਕ ਸੀਟ ਬਠਿੰਡੇ ਦੀ ਜਿੱਤ ਗਿਆ ਜੀ ਪਰ ਇਹ ਤੋਂ ਬਾਅਦ ਇਹ ਤੋਂ ਬਾਅਦ ਬਾਕੀ ਸਾਰੇ ਪੰਜਾਬ ਦੇ ਵਿੱਚ ਲਗਭਗ 10 ਸੀਟਾਂ ਦੇ ਉੱਤੇ ਅਕਾਲੀ ਦਲ ਦੀ ਜਮਾਨਤਾ ਜਮਾਨਤਾ ਜਬਤ ਹੋ ਗਈ ਅਰੇ ਜੀ ਮੰਨਤਾ ਜਬਤ ਹੋਣ ਤੋਂ ਬਾਅਦ ਦਨੈਲ ਗਿਆ ਸਾਹਿਬ ਜਿਹੜੀ ਗੱਲ ਸਭ ਤੋਂ ਪਹਿਲਾਂ ਆਈ ਐ ਮੈਂ ਵਿਸ਼ਵ ਭਾਰਤ ਦੀ ਰਿਪੋਰਟ ਪੜ੍ਹ ਰਿਆ ਸੀ ਕਹਿੰਦੇ ਸਰਦਾਰ ਪ੍ਰੇਮ ਸਿੰਘ ਚੰਦੂ ਬਾਜਰਾ ਜਿਹੜੇ ਬੜੇ ਤਿੱਖੇ ਤੇ ਤੇਜ਼ ਤਰ੍ਹਾਂ ਲਾਗੂ ਐ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਰਾਂ ਦੇ ਬੜੇ ਕਰੀਬੀ ਰਹੇ ਐ ਜੀ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਹਾਲਤ ਐ ਨਾ ਹੂੰ ਇਹ ਹਾਲਤ ਸਾਡੀ ਲੀਡਰਸ਼ਿਪ ਦੀ ਪੰਬਲ ਪੂਸੇ ਵਾਲੀ ਸਥਿਤੀ ਐ ਜਿਹੜੀ ਉਹਦੀ ਬਦੌਲਤ ਇਹ ਹਾਲਤ ਹੋਈ ਐ ਜੀ ਹੁਣ ਪੰਬਲ ਪੂਸੇ ਵਾਲੀ ਹਾਲਤ ਉਹ ਕਿਹੜੀ ਹੋਗੀ ਉਹ ਕਹਿੰਦੇ ਕਿ ਵੀ ਇਹ ਵੀ ਅਸੀਂ ਠੀਕ ਠੀਕ ਸਮਝਦੇ ਠੀਕ ਫੈਸਲਾ ਹੁਣ ਤੁਸੀਂ ਦੇਖੋ ਉਹਨਾਂ ਨੇ ਜ਼ਿਕਰ ਕੀਤਾ ਅਮਰਤਪਾਲ ਸਿੰਘ ਦਾ ਖਡੂਰ ਸਾਹਿਬ ਔਰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜੀ ਕਿ ਇਹਨਾਂ ਦੋ ਸੀਟਾਂ ਬਾਰੇ ਅਸੀਂ ਸਹੀ ਸਮਝ ਦੇ ਉੱਤੇ ਐਨਾਲਿਸਿਸ ਨਹੀਂ ਕਰ ਸਕੇ ਜੀ ਜਿਹੜੀ ਸਾਨੂੰ ਵਿਸ਼ਲੇਸ਼ਣ ਕਰਨਾ ਚਾਹੀਦਾ ਅਸੀਂ ਵਿਸ਼ਲੇਸ਼ਣ ਕਰਕੇ ਫੈਸਲਾ ਲੈਣਾ ਚਾਹੀਦਾ ਅਸੀਂ ਫੈਸਲਾ ਨਹੀਂ ਕਰ ਸਕੇ ਹੂੰ ਹੂੰ ਹੁਣ ਤੁਸੀਂ ਦੇਖੋ ਵੀ ਭਾਈ ਮਨਜੀਤ ਸਿੰਘ ਜੀ ਜਿਹੜੇ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਅਕਾਲੀ ਦਲ ਦੀ ਤੋਂ ਅਸਤੀਫਾ ਦਿੱਤਾ ਔਰ ਅਸਤੀਫਾ ਦੇ ਕਿ ਚਲੇ ਕਿੱਥੇ ਗਏ ਉਹ ਅਮਰਤਪਾਲ ਸਿੰਘ ਉਹਦੀ ਕੰਪੇਨ ਦੇ ਵਿੱਚ ਚਲੇ ਗਏ ਚਲੋ ਬੀਬੀ ਖਾਲੜਾ ਤਾਂ ਅਕਾਲੀ ਦਲ ਦਾ ਹਿੱਸਾ ਨਹੀਂ ਪਰ ਉਹ ਹੈ ਤਾਂ ਸਿੱਖ ਪਰਵਾਦ ਦੇ ਵਿੱਚੋਂ ਆਉਂਦੇ ਹਮਮ ਔਰ ਸਰਦਾਰ ਜਿਹੜਾ ਜਸਵੰਤ ਸਿੰਘ ਖਾਲੜਾ ਹੈ ਉਹ ਤਾਂ ਅਕਾਲੀ ਦਲ ਦੇ ਜਿਹੜਾ ਹਿਊਮਨ ਰਾਈਟਸ ਬਿੰਗ ਸੀਗਾ ਉਹਦੇ ਸਰਵਿਸ ਸਰਵਾ ਹੁੰਦੀ ਸੀ ਹਮਮ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਬਾਦਲ ਪਰਿਵਾਰ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਜੀਜਾ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਹੁਰਾ ਨੇ ਵੀ ਇਹੀ ਗੱਲ ਕਹੀ ਸੀ ਨਾ ਕਿ ਆਪਾਂ ਘਟੂ ਘਟ ਅਮਰਪਾਲ ਸਿੰਘ ਵਾਲੀ ਕੰਸਟੀਟੂਐਂਸੀ ਜਿਹੜੀ ਇਹਨੂੰ ਖਾਲੀ ਛੱਡ ਦੇਗੇ ਵੇ ਬੱਜਦੇ ਹੋ ਜਾ ਆਪਾਂ ਬੰਦਾ ਕੋਈ ਖੜਾ ਨਾ ਕਰੀਏ ਚਲੋ ਆਪਾਂ ਵਿਧਾਨ ਆਪਾਂ ਇਹਨਾਂ ਦੇ ਮੁਕਾਬਲੇ ਬੰਦਾ ਨਾ ਖੜਾ ਬੰਦਾ ਨਾ ਖੜੇ ਕਰੇ ਕੰਪੇਨ ਕਰੇ ਕੋਈ ਨਾ ਕਰੇ ਨਤੀਜਾ ਕੀ ਹੋਇਆ ਕਿ ਉਹਨਾਂ ਨੂੰ ਵਾਰ-ਵਾਰ ਕੰਪੇਅਰ ਕੀਤਾ ਕਿ ਤੁਸੀਂ ਰੈਲੀਆਂ ਕਰੋ ਹਾਲਾਂਕਿ ਮੈਂ ਬੀਬੀ ਜਗੀਰ ਕੌਰ ਦੀ ਇੱਕ ਇੰਟਰਵਿਊ ਸੁਣੀ ਸੀ ਉਹ ਕਹਿੰਦੀ ਵੀ ਮੇਰੇ ਵੇਲੇ ਵੀ ਇਹ ਬਰਸਾ ਆਪਣੇ ਬੰਦੇ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਵੋਟਾਂ ਵਾਸਤੇ ਰੈਲੀ ਤਾਂ ਕਦੇ ਵੀ ਅਦੇਸ਼ ਪ੍ਰਤਾਪ ਸਿੰਘ ਕੈਰੋ ਨੇ ਕੀਤੀ ਨਹੀਂ ਹੂੰ ਫਿਰ ਹੁੰਦਾ ਕੀ ਹੈ ਕਿ ਤੁਸੀਂ ਇੱਕ ਚਿੱਠੀ ਦੇ ਦਿੰਦੇ ਸਾਨੂੰ ਕਰਜ਼ੀ ਦੇ ਦਿੰਦੇ ਹੈ ਬਿਰਸਾ ਸਿੰਘ ਬਲਟੋਹਾ ਔਰ ਉਸ ਸਰਦੀ ਦੇ ਆਧਾਰ ਦੇ ਉੱਤੇ ਤੁਸੀਂ ਬਿਨਾਂ ਪੁੱਛ ਪੜਤਾਲ ਪੁੱਛ ਪੜਤਾਲ ਕੀਤੇ ਬਿਨਾਂ ਕਰਨ ਨਾ ਤੋ ਦੱਸੋ ਨੋਟਿਸ ਜਾਰੀ ਕੀਤਾ ਤੁਸੀਂ ਬੰਦੇ ਨੂੰ ਕੱਢ ਦਿੰਦੇ ਹੋ ਹੂੰ ਇਹ ਤਾਂ ਚੰਗੀ ਗੱਲ ਹੈ ਵੀ ਬੰਦਾ ਸਿਆਣਾ ਬੋਲਿਆ ਨਹੀਂ ਹੁਣ ਤੱਕ ਜੀ ਪਰ ਇਹਨਾਂ ਨੇ ਤੈਨੂੰ ਕੱਢਤਾ ਤੇ ਦਨੈਲ ਜੀ ਸਾਹਿਬ ਗੱਲ ਅਗਲੀ ਦੇਖ ਲੋ ਕਿ ਜਿਸ ਆਪਣਾ ਬਲਟੋਹਾ ਸਾਹਿਬ ਦੇ ਹੱਕ ਦੀ ਵਜ੍ਹਾ ਕਰਨ ਉਹਨਾਂ ਦੇ ਉਹਨਾਂ ਦੀ ਕੰਪਲੇਂਟ ਦੇ ਉੱਤੇ ਉਹਨੂੰ ਕੱਢਿਆ ਗਿਆ ਉਹਦੀ ਤੇ ਜਮਾਨਤ ਉਹਨਾਂ ਦੀ ਵੀ ਨਹੀਂ ਬਚੀ ਭੈੜੀ ਤਰ੍ਹਾਂ ਨਾਲ ਜਬਤ ਹੋਈ ਹੈ ਭੈੜੀ ਤਰ੍ਹਾਂ ਨਾਲ ਗੱਲ ਹੋਈ ਹੈ ਇਸ ਕਰਕੇ ਜਿਹੜਾ ਉਹਨਾਂ ਨੇ ਇਹ ਗੱਲ ਕਿ ਸਾਡੀ ਲੀਡਰਸ਼ਿਪ ਭੰਬਲ ਪੂਸੇ ਚ ਹੈ ਜੀ ਦੂਜੀ ਗੱਲ ਮੈਂ ਕਿਸੇ ਹੋਰ ਚੈਨਲ ਦੇ ਵਿੱਚ ਕਿਸੇ ਪੱਤਰਕਾਰ ਨੂੰ ਬੜੇ ਸੀਨੀਅਰ ਪੱਤਰਕਾਰ ਉਹਨਾਂ ਨੂੰ ਸੁਣ ਰਿਹਾ ਸੀ ਜੀ ਉਹ ਕਹਿੰਦੇ ਵੀ ਮੇਰੀ ਸੁਖਦੇਵ ਸਿੰਘ ਢੀਡੇ ਸਾਹਿਬ ਨਾਲ ਗੱਲ ਹੋਈ ਹੈ ਹਾਂਜੀ ਮੈਡ੍ਰੀਡ ਸਾਹਿਬ ਨੂੰ ਪੁੱਛਿਆ ਵੀ ਕੀ ਹੈ ਉਹ ਕਹਿੰਦੇ ਵੀ ਕਿਉਂਕਿ ਜਿਹੜੀ ਆ ਜੋ ਸਿਚੁਏਸ਼ਨ ਬੜ ਗਈ ਹੈ ਹੂੰ ਹੂੰ ਇਸ ਤੇ ਵਿਚਾਰ ਪਟਾਵੰਦਰਾ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਇੱਕ ਮੀਟਿੰਗ ਹੋਣੀ ਸੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਪਰ ਉਹ ਕਹਿੰਦੇ ਵੀ ਮੀਟਿੰਗ ਹੁਣ ਪ੍ਰਧਾਨ ਜੀ ਬੁਲਾਉਂਦੇ ਕਿ ਨਹੀਂ ਬੁਲਾਉਂਦੇ ਇਹ ਦੇਖਦੇ ਜੇ ਤਾਂ ਪ੍ਰਧਾਨ ਜੀ ਨੇ ਮੀਟਿੰਗ ਬੁਲਾ ਲਈ ਤਾਂ ਠੀਕ ਹੈ ਨਹੀਂ ਫਿਰ ਸਾਨੂੰ ਬੁਲਾਉਣੀ ਪੈਣੀ ਬੁਲਾਉਣੀ ਪੈਣੀ ਹੈ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਰਪ੍ਰਸਤ ਅਕਾਲੀ ਦਲ ਦੀ ਅਗਲੀ ਗੱਲ ਵੀ ਉਹਨੇ ਕਿਹਾ ਵੀ ਮੈਂ ਇਸ ਕਰਕੇ ਨਹੀਂ ਪਹਿਲ ਕਦਮੀ ਵੀ ਜੇ ਕਹਿੰਗੇ ਵੀ ਇਹ ਅਜੇ ਕੱਲ ਦਾ ਆਇਆ ਹੈ ਤੇ ਹੁਣੇ ਫੇਰ ਕਰਨਾ ਹੁਣੇ ਫੇਰ ਕਰਨਾ ਸ਼ਾਇਦ ਕਿਉਂਕਿ ਪਰਮਿੰਦਰ ਨੂੰ ਟਿਕ ਨਹੀਂ ਦਿੱਤੀ ਉਸ ਗੱਲ ਨਾਲ ਉਹਨੂੰ ਜੋੜ ਕੇ ਦੇਖਿਆ ਜਾਵੇ ਇਸ ਲਈ ਮੈਨੂੰ ਤਾਂ ਲੱਗਦੀ ਹੈ ਵੀ ਜਿਹੜੇ ਹਾਲਾਤ ਆ ਕੋਈ ਚੰਗੇ ਨਹੀਂ ਆਕਾਲੀ ਦਲ ਵੱਲੋਂ ਸਭ ਤੋਂ ਵੱਡਾ ਰੌਲਾ ਖੋਰ ਪੈਣਾ ਜੀ ਜਿਹੜਾ ਪੰਜਾਬ ਭਰ ਚੋਂ ਫੰਡ ਇਕੱਠਾ ਕੀਤਾ ਨਾ ਉਹ ਪੰਜਾਬ ਚ ਹੋਰ ਕਿਤੇ ਨਹੀਂ ਦਿੱਤਾ ਪਾਰਟੀ ਨੇ ਸਾਰਾ ਕਹਿੰਦੇ ਬਠਿੰਡੇ ਆ ਗਿਆ ਅੱਛਾ ਉਹਦਾ ਵੀ ਬਹੁਤ ਕੁਸਰ-ਮੂਸਰ 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 ਚੱਲੇ ਪਈ। ਇਹਦਾ ਮਤਲਬ ਜਿਹੜੀ ਇਲੈਕਸ਼ਨ ਲੜੀ ਐ ਇਹ ਮਤਲਬ ਫੰਡ ਇਕੱਠਾ ਕਰਕੇ ਲੜੀ। ਫੰਡ ਇਕੱਠਾ ਕੀਤਾ ਗਿਆ। ਤੇ ਫਿਰ ਦਾਨੇ ਵਾਲੀਏ ਸਾਹਿਬ ਜਿਹੜੀ ਇਹ ਗੱਲ ਚੱਲਦੀ ਐ ਵੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਬੰਦੇ ਨੂੰ ਹੋਰ ਇਸ ਲਈ ਨਹੀਂ ਦਿੱਤੀ ਜਾਂਦੀ ਵੀ ਖਰਚਾ ਕੌਣ ਕਰੂਗਾ। ਹੋਰ ਖਰਚਾ ਕਹਦੇ ਕਿੰਦਾ ਹੁੰਦਾ ਹੁੰਦਾ। ਖਰਚਾ ਜਿਆਦਾ ਇਲੈਕਸ਼ਨ ਇੱਥੇ ਹੁੰਦਾ ਜਾਂ ਆਫਿਸ ਤੇ ਹੁੰਦਾ। ਹਾਂ। ਆਫਿਸ ਤੋਂ ਤਾਂ ਅੰਦਾ ਤੰਦੇ ਲਾਇਏ ਵੀ ਹਰੇਕ ਜ਼ਿਲ੍ਹਾ ਪ੍ਰਧਾਨ ਨੂੰ ਆਫਿਸ ਤੇ ਖਰਚਾ ਆਫਿਸ ਤੇ ਖਰਚੇ ਲਈ। ਉਹਦੇ ਉਹਦੇ ਵੀ ਮੈਨੂੰ ਕੋਈ ਦੱਸ ਰ ਕਹਿੰਦੇ ਵੀ ਡੇਡ ਡੇਡ ਲੱਖ ਤੱਕ ਤਾਂ ਕਹਿੰਦੇ ਪ੍ਰਧਾਨ ਜੀ ਨਾਲ ਹੀ ਤਿੰਨ ਬੰਦੇ ਤੁਰਦੇ ਨੇ ਆਈਟੀ ਵਾਲੇ ਤੇ 20 ਬੰਦੇ ਕਹਿੰਦੇ ਉੱਥੇ ਰੱਖਿਆ ਆਈਟੀ ਵਾਲੇ ਜਿਹਦਾ ਫਾਇਦਾ ਹਜੀ ਤਾਂ ਕੋਈ ਨਹੀਂ ਉਹਨਾਂ ਦੀਆਂ ਵੀ ਲੱਖਾਂ ਰੁਪਇਆ ਤਨਖਾਹ ਉਹ ਵੀ ਉਚਨ ਦੇ ਚੋਈ ਉਹ ਵੀ ਇਸੇ ਚੋਈ ਪਾਰਟੀ ਫੰਡ ਚ ਜਾਂਦੀ ਹੈ ਜਿਹੜਾ ਲੋਕ ਜਿਹੜੇ ਪ੍ਰਧਾਨ ਜੀ ਨਾਲ ਤੁਰੇ ਫਿਰਦੇ ਆ ਕੋਈ ਬੰਦੇ ਤਿੰਨ ਚਾਰ ਆਈਟੀ ਵਾਲੇ ਉਹ ਵੀ ਕਹਿੰਦੇ ਉਧਰੋਂ ਖਰਚਾ ਹੋ ਰਿਹਾ ਕਮਾਲ ਹੈ ਫਿਰ ਤਾਂ ਇਹ ਵੀ ਤਾਂ ਮੈਨੂੰ ਤੁਸੀਂ ਅਜੇ ਨਮਾ ਜਾਣਕਾਰੀ ਚ ਵਾਦਾ ਕਰਤਾ ਮੈਂ ਤਾਂ ਇਹੀ ਸੋਚੀ ਜਾਂਦਾ ਸੀ ਵੀ ਸ਼ਾਇਦ ਕਿਤੇ ਟੈਲੀਫੋਨਾਂ ਦੇ ਬਿੱਲ ਭਰਨੇ ਤੇ ਜਿਹੜੇ ਬਿਜਲੀ ਦੇ ਖਰਚੇ ਖਰਚੇ ਸਾਰੇ ਵੀ ਉਹ ਸੁਖਵੀਰ ਸਿੰਘ ਆਪਦੀ ਗੇਮ ਚ ਕਰਦਾ ਹਾਂ ਇੱਕ ਆਮ ਤੌਰ ਤੇ ਪਰਸਪੈਕਸ਼ਨ ਨਹੀਂ ਪਰਸਪੈਕਸ਼ਨ ਹੀ ਕਈ ਵਾਰੀ ਕਹਿੰਦੀ ਜਦੋਂ ਆਮ ਤੌਰ ਤੇ ਗੱਲਾਂ ਚੱਲਦੀਆਂ ਵੀ ਮਤਲਬ ਆਪਾਂ ਅਕਾਲੀ ਦਲ ਦੇ ਵਿੱਚ ਵੀ ਕੋਈ ਹੋਰ ਪ੍ਰਧਾਨ ਚੁਣਿਆ ਜਾਵੇ ਕਹਿੰਦੇ ਪ੍ਰਧਾਨਤਾ ਬਚੋਣ ਲਾਂਗੇ ਤੇ ਖਰਚਾ ਕੌਣ ਜੇ ਲੂ ਖਰਚਾ ਕੌਣ ਚੱਲੂ ਇਹ ਇਹ ਗੱਲ ਹੁੰਦੀ ਹੈ ਨਾ ਹਾਲਾਂਕਿ ਇੱਕ ਦੋ ਵਾਰੀ ਮੈਂ ਤੇ ਤੁਹਾਡੇ ਨਾਲ ਆਪਾਂ ਗੱਲ ਕਰਦੇ ਇਹ ਵੀ ਗੱਲ ਕੀ ਇਹ ਵੀ ਇੱਥੇ ਤਾਂ ਉਹ ਵੀ ਅਸੀਂ ਟਾਈਮ ਦੇਖਿਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੰਤ ਹੀ ਹੁੰਦੇ ਸੀ ਜੀ ਉਹ ਝੋਲਾ ਚੱਕਿਆ ਤੇ ਆਪਦਾ ਟੁੱਟ ਗਿਆ ਉਹਦੇ ਬੋਲੇ ਚਾਨਣ ਨਾ ਵੈਸੇ ਕਾਲੀ ਦਲ ਨੂੰ ਤਾਂ ਮੈਂ ਇੱਕ ਗੱਲ ਕਹੀ ਮੇਰੀ ਵੀ ਕਈਆਂ ਨਾਲ ਗੱਲ ਹੋਈ ਮੈਂ ਕਿਹਾ ਕਾਲੀ ਦਲ ਤਾਂ ਐਸੀ ਸੰਸਥਾ ਜੇ ਥੋੜੀ ਜਿਹੀ ਸੁਧਾਰ ਕਰ ਲੇ ਆਪਣੇ ਆਪ ਚ ਤੇ ਪਿੰਡਾਂ ਦੇ ਲੋਕਾਂ ਨੇ ਮਨਮਨ ਕਣਕ ਦੇਈ ਜਾਣੀ ਹਰੇ ਕਰਨੇ ਦਾਨੇ ਵਾਲੀਆ ਸਾਹਿਬ ਤੇ ਨਾਲੇ ਇਹੋ ਜੇ ਇਹੋ ਜੇ ਲੈਵਿਜ ਖਰਚਿਆਂ ਦੀ ਲੋੜ ਕੀ ਆ ਹੂੰ ਹੂੰ ਇਹੋ ਜੀ ਪੰਥਕ ਪਾਰਟੀ ਨੂੰ ਬਿਲਕੁਲ ਬਿਲਕੁਲ ਤਾਂ ਦਰਗਿਆਂ ਦੇ ਬੈਠਣ ਵਾਲੇ ਲੋਕਾਂ ਦਰਗਿਆਂ ਦੇ ਬੈਠਣ ਵਾਲੇ ਬੰਦੇ ਆ ਜੇ ਭਾਜੀਪੀ ਤੇ ਵੀ ਦੇਖੋ ਜਿਹੜਾ ਭਾਜੀਪੀ ਦਾ ਕਾਡਰ ਵੀ ਉਹ ਵੀ ਸੁਧਾਰ ਨਹੀਂ ਹੈ ਠੀਕ ਆ ਉੱਤੇ ਹੁਣ ਵੱਡੇ ਬਣ ਗਏ ਹਾਂ ਹਾਂ ਠੀਕ ਆ ਜਿਸ ਢੰਗ ਦੇ ਭਾਜੀਪੀ ਇੱਕ ਆਪਣੇਮ ਨੂੰ ਪਰ ਉਹਨਾਂ ਦਾ ਜਿਹੜਾ ਆਰਐਸਐਸ ਹੈ ਜਿਹੜੀ ਭਾਜੀਪੀ ਦੀ ਮਾਂ ਹੈ ਆਰਐਸਐਸ ਦੇ ਤਾਂ ਵਰਕਰ ਜਿਹੜੇ ਹੈਗੇ ਉਹ ਤਾਂ ਬ ਉਨੇ ਦੇ ਪ੍ਰਚਾਰਕ ਉਹ ਉਹ ਢਾਬੇ ਤੇ ਰੋਟੀ ਨਹੀਂ ਖਾਦੇ ਹੂੰ ਉਹ ਰੋਟੀ ਬਣਾਉਂਦੇ ਦੀ ਉਹਨਾਂ ਨੇ ਜਿੰਨੇ ਵਰਕਰ ਆ ਉਹਨਾਂ ਦੇ ਵਰਕਰਾਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਟਾਈਮ ਰੱਖਿਆ ਹੋਇਆ ਅੱਛਾ ਬਾਰੀ ਨਾਲ ਕਿਤੇ ਉਸ ਘਰੇ ਰੋਟੀ ਖਾਣੀ ਕਿਤੇ ਉਸ ਰੋਟੀ ਖਾਣੀ ਇਕੱਲੀ ਰੋਟੀ ਨਹੀਂ ਖਾਣੀ ਹੂੰ ਪਰਿਵਾਰ ਦੇ ਨਾਲ ਬੈਠਣਾ ਜਾ ਕੇ ਹੂੰ ਹੂੰ ਸਾਰੇ ਪਰਿਵਾਰ ਨਾਲ ਬੈਠ ਕੇ ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਉਹਨਾਂ ਦੇ ਨਾਲ ਦੁੱਖ ਸੁੱਖ ਹਰਨੇ ਹੂੰ ਹੂੰ ਉਹਦੇ ਨਾਲ ਨੇੜਤਾ ਇਨੀ ਬਣ ਜਾਂਦੀ ਹੈ ਕਿ ਸਾਰਾ ਪਰਿਵਾਰ ਹੀ ਆਰਗੇਨਾਈਜੇਸ਼ਨ ਦੇ ਨਾਲ ਜੁੜ ਜਾਂਦਾ ਹੈ ਮਤਲਬ ਇਸ ਢੰਗ ਨਾਲ ਉਹ ਕੰਮ ਕਰਦੇ ਆ ਜਿੰਨੀ ਸਾਦਗੀ ਆ ਆਰਐਸਐਸ ਦੇ ਵਰਕਰਾਂ ਦੇ ਵਿੱਚ ਹੈ ਮੇਰੇ ਖਿਆਲੋਂ ਨਹੀਂ ਤਾਂ ਸਾਦਾਂ ਜੀ ਵੀ ਇਹ ਐਵੇਂ ਥੋੜਾ ਤੁਸੀਂ ਦੇਖੋ ਵੀ ਇਹਨੇ 1925 ਦੇ ਵਿੱਚ ਆਰਗੇਨਾਈਜੇਸ਼ਨ ਬਣਦੀ ਹੈ ਤੇ ਇਸ ਵੇਲੇ ਤੀਜੀ ਵਾਰੀ ਤਾਂ ਹੁਣ ਲਗਾਤਾਰ ਉਹਨਾਂ ਦੀ ਸਰਕਾਰ ਬਣ ਰਹੀ ਹੈ ਤੇ ਕੰਸਟੀਟਿਊਟ ਅਫਸਰ ਪਤਾ ਨਹੀਂ ਕਿੰਨੇ ਨੇ ਕਿੰਨੇ ਅਫਸਰ ਹਾਂ ਅਫਸਰ ਤਾਂ ਆਪਾਂ ਹਾਈ ਕੋਰਟਾਂ ਦੇ ਜੱਜ ਵੀ ਦੇਖੇ ਜਿਹੜੇ ਕਹਿੰਦੇ ਵੀ ਮੈਂ ਤਾਂ ਜੀ ਸਿੰਘ ਹੀ ਹੁੰਦਾ ਸੀਗਾ ਤੇ ਹੁਣ ਵੀ ਮੈਂ ਸੰਗ ਦੇ ਨਾਲ ਹੀ ਜਿੱਥੇ ਮਰਦੀ ਡਿਊਟੀ ਲਾਦੇ ਨੇ ਰਿਟਾਇਰ ਹੋਣ ਤੋਂ ਬਾਅਦ ਜੀ ਤੇ ਹੁਣ ਪੰਜਾਬ 'ਚ ਝਾੜੂ ਤੇ ਹੱਥ ਭਾਰੂ ਆ ਝਾੜੂ ਦੀ ਹੁਣ ਗੱਲ ਇਹੀ ਐ ਨਵੀਂ ਝਾੜੂ ਜਿਹੜਾ ਹੈਗਾ ਪੰਜਾਬ ਦੇ ਵਿੱਚ ਨੰਬਰ ਵਿਕਤੇ ਆ ਗਿਆ ਜੀ ਹੂੰ ਸੱਤ ਸੀਟਾਂ ਝਾੜੂ ਨੇ ਲੈ ਜਾਣੀਆਂ ਖਾਲਾ ਜੀ ਦਾ ਬੜਾ ਨਹੀਂ ਨਾ ਸੱਤ ਸੀਟਾਂ ਹੱਥ ਨੇ ਲੈ ਜਾਣੀਆਂ ਆ ਆ ਸੌਰੀ ਹੱਥ ਨੇ ਲੈ ਜਾਣੀਆਂ ਹਾਂ ਹਾਂ ਹੱਥ ਨੇ ਸੱਤ ਸੀਟਾਂ ਲੈ ਨਹੀਂ ਝਾੜੂ ਤੇ ਭਾਰੂ ਹੋ ਗਿਆ ਨਾ ਹੂੰ ਹੂੰ ਹੁਣ ਤੁਸੀਂ ਦੇਖੋ ਕਿ ਸੱਤ ਸੀਟਾਂ ਹੈ ਕਿਹੜੀਆਂ ਜੀ ਜਿਹੜੀਆਂ ਜਿੱਤੀਆਂ ਗਈਆਂ ਜੀ ਉਹ ਇਹ ਹੈਗੀ ਐ ਜੀ ਪਟਿਆਲਾ ਜੀ ਪਟਿਆਲਾ ਹੁਣ ਧਰਮਵੀਰ ਗਾਂਧੀ ਜਿਤ ਰਹੀ ਹੈ ਤੇ ਧਰਮ ਤਾਹਾਂ ਧਰਮ ਗਾ ਧਰਮ ਵੀਰ ਗਾਂਧੀ ਹੋ ਰਹੇ ਨੇ ਡਾਕਟਰ ਸਾਹਿਬ ਨੇ ਹਰਾਇਆ ਕਿਨੂੰ ਹੈ ਜੀ ਮਹਾਰਾਣੀ ਤਾਂ ਹੈ ਹੀ ਹੈ ਪਰਨੀਤ ਕੌਰ ਪਟਿਆਲੇ ਦੇ ਵਿੱਚੋਂ ਰਾਈ ਪਰ ਅਕਾਲੀ ਦਲ ਦਾ ਜੀ ਅਕਾਲੀ ਦਲ ਦਾ ਬਹੁਤ ਹੀ ਸ਼ਕਤੀਸ਼ਾਲੀ ਬੰਦਾ ਐਨਕੇ ਸ਼ਰਮਾ ਜਿਹਨੂੰ ਤਾਂ ਗ੍ਰਾਂਟੀ ਕਿਹਾ ਜਾਂਦਾ ਹੈ ਜਿਹੜਾ ਉਹਨੂੰ ਵੀ ਉਹ ਹਰਾਇਆ ਦੂਜੇ ਆਪਾਂ ਦੇਖੀ ਜੀ ਡਾਕਟਰ ਅਮਰ ਸਿੰਘ ਜੀ ਫਤਿਹਗੜ੍ਹ ਸਾਹਿਬ ਜਦੋਂ ਗੱਲ ਫਤਿਹਗੜ੍ਹ ਸਾਹਿਬ ਦਾ ਹੁੰਦਾ ਹੈ ਫਤਿਹਗੜ੍ਹ ਸਾਹਿਬ ਤੋਂ ਤੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਦਾ ਜਿਤਨਾ ਜਿਤਨਾ ਇਹ ਖਾਲਾ ਜੀ ਦਾ ਬੜਾ ਨਹੀਂ ਹੈ ਔਰ ਮੈਨੂੰ ਪਤਾ ਲੱਗਿਆ ਅੱਜ ਮੈਂ ਪੜ੍ਹੇ ਨਵਰੇ ਡਾਕਟਰ ਅਮਰ ਸਿੰਘ ਬਰੇ ਜੀ ਕਿ ਇਹ ਆਮ ਤੌਰ ਦੇ ਤੇ ਕਈ ਵਾਰੀ ਆਪਾਂ ਕੋਈ ਬੰਦਾ ਪੀ ਐਚ ਡੀ ਵਗੈਰਾ ਕਰ ਲੈਂਦੇ ਤੇ ਉਹੀ ਸਮਝ ਲੈਨੇ ਹੂੰ ਹੂੰ ਇਹਨੇ ਪੀ ਐਚ ਡੀ ਨਹੀਂ ਕੀਤੀ ਇਹ ਸੱਚਮੁੱਚ ਦੇ ਡਾਕਟਰ ਹੈ ਅੱਛਾ ਸੱਚਮੁੱਚ ਨਹੀਂ ਹੈ ਇਹ ਐਮ ਬੀਬੀਐਸ ਇਹਨੇ ਕੀਤੀ ਹੈ ਐਮ ਬੀਬੀਐਸ ਕਰਨ ਤੋਂ ਬਾਅਦ ਫਿਰ ਇਹਨੇ ਕੰਪੀਟੀਸ਼ਨ ਲੜਿਆ ਜੀ ਔਰ 1981 ਦੇ ਵਿੱਚ ਇਹ ਆਈ ਐਸ ਅਫੀਸਰ ਬਣ ਗਏ ਫਿਰ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦਾ ਜਿਹੜਾ ਹੈਗਾ ਉਹ ਕਾਡਰ ਅਲਾਟ ਹੁੰਦਾ ਜੀ ਤੇ Madhya Pradesh ਦੇ ਵਿੱਚ ਜਾ ਕੇ ਇਹ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਦਿਗਬਜੇ ਸਿੰਘ ਉਹ ਨਹੀਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਵੀ ਰਹੇ ਜੀ ਔਰ ਲਗਾਤਾਰ ਤੀਜੀ ਵਾਰੀ ਮਤਲ ਜਿਹੜੇ ਹੈਗੇ ਆ ਇਹ ਪਾਰਲੀਮੈਂਟ ਦੇ ਮੈਂਬਰ ਬਣਦੇ ਐ ਇਤੋਂ ਅੱਗੇ ਅਸੀਂ ਦੇਖੀਏ ਜੀ ਫਿਰ ਸ਼ੇਰ ਸਿੰਘ ਕੁਬਾਇਆ ਜੀ ਹੁਣ ਸ਼ੇਰ ਸਿੰਘ ਕੁਬਾਇਆ ਜੇ ਆਪਾਂ ਦੇਖੀਏ ਤਾਂ ਉਹਨੇ ਬੜਾ ਕਮਾਇਆ ਲੋਕਾਂ ਨੂੰ ਕਮਾਇਆ ਕਿਉਂਨੇ ਕੱਲ ਜੀ ਸਭ ਤੋਂ ਇੰਟਰਸਟਿੰਗ ਜਿਹੜਾ ਰਿਜ਼ਲਟ ਆ ਰਿਜ਼ਲਟ ਹੀ ਇਹ ਪਰਦਾ ਸੀ ਪਰਦਾ ਸੀ ਕਿ ਕਦੇ ਕੋਈ ਉੱਤੇ ਤੇ ਕਦੇ ਕੋਈ ਹੇਠੇ ਕਦੇ ਉਹ ਜਿਵੇਂ ਆਮ ਨਾਲ ਦੇ ਵੀ ਜਫੂ ਜਫੀ ਹੋ ਗਏ ਉਹ ਕੰਮ ਹੈ ਕੈਂਡੀਡੇਟ ਜਫੂ ਜਫੀ ਹੁੰਦੇ ਰਹੇ ਹਾਂ ਔਰ ਇਤਨੀ ਸਾਰੀ ਆਪਸੀ ਜਿਹਨੂੰ ਕਦੇ ਉਹ ਅੱਗੇ ਆ ਗਿਆ ਕਦੇ ਉਹ ਅੱਗੇ ਆ ਗਿਆ ਮੌਕਾ ਹਰੀਕ ਨੂੰ ਦਿੱਤਾ ਫਿਰ ਉਹ ਮੌਕਾ ਹਰੀਕ ਨੂੰ ਦਿੱਤਾ ਤੇ ਹਰੀਕ ਨੂੰ ਮੂੰਹ ਜਿਹੜਾ ਉਹਦਾ ਗਿੱਲਾ ਕਰਾਇਆ ਅਗਲਾ ਇਹ ਨਹੀਂ ਕਹਿ ਸਕਦਾ ਵੀ ਮੈਂ ਮੈਂ ਦੂਜੇ ਨੰਬਰ ਤੇ ਨਹੀਂ ਆਇਆ ਹਾਂ ਹਾਂ ਜੇ ਪਹਿਲੇ ਨੰਬਰ ਤੇ ਨਹੀਂ ਆਇਆ ਹਾਂ ਹਾਂ ਜੀ ਸੁਖਜਿੰਦਰ ਸਿੰਘ ਰੰਧਾਵਾ ਜੀ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਇਹ ਜੀ ਗੁਰਦਾਸਪੁਰ ਤੋਂ ਜਿੱਤੇ ਹੈ ਗੁਰਦਾਸਪੁਰ ਤੋਂ ਤਾਂ ਇਹਨਾਂ ਨੂੰ ਚੁਣੌਤੀ ਸੀ ਵੀ ਗੁਰਦਾਸਪੁਰ ਤੋਂ ਪਾਰਟੀ ਤਾਂ ਪਾਰਟੀ ਬੜੀ ਮਜ਼ਬੂਤ ਹੈ ਜੀ ਨੇ ਬੜੇ ਕੰਮ ਕੀਤੇ ਉਥੇ ਜੀ ਤੇ ਉਥੇ ਜਿੱਤ ਨਹੀਂ ਸਕਦੇ ਸੀ ਇਹ 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 ਜਿੱਤ ਕੇ ਆਗੇ ਜੀ ਔਰ ਵੱਡਾ ਨਾ ਹੈ ਜੀ ਤੇ ਮੈਂ ਅੱਜ ਗੱਲ ਕਰ ਰਿਹਾ ਸੀ ਕਿਸੇ ਲੀਡਰ ਦੇ ਨਾਲ ਮੈਂ ਕਿਹਾ ਥੋੜੀ ਪਾਰਟੀ ਦੀ ਕੀ ਸਥਿਤੀ ਹੈ ਹਮ ਹਮ ਤੇ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੁੱਖ ਮੰਤਰੀ ਕੌਣ ਹੋਊਗਾ ਉਹ ਕਹਿੰਦਾ ਮੁੱਖ ਮੰਤਰੀ ਤਾਂ ਸਾਰੇ ਹੀ ਆ ਸੱਚ ਕਹਿੰਦਾ ਬਣ ਗਏ ਪਾਰਲੀਮੈਂਟ ਦੇ ਮੈਂਬਰ ਜੀ ਮੈਂ ਕਿਹਾ ਕੌਣ ਕੌਣ ਕਿਹਾ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਆ ਉਹ ਵੀ ਉਥੇ ਪਹੁੰਚ ਗਿਆ ਮੈਂ ਵੀ ਠੀਕ ਦੂਜੇ ਨੰਬਰ ਤੇ ਕਹਿੰਦਾ ਜੀ ਪ੍ਰਧਾਨ ਜੀ ਆ ਸਾਡੇ ਕੋ ਕਹਿੰਦੇ ਵੀ ਆ ਦੇਖੋ ਜੀ ਮੇਰੇ ਨਾਲ ਲਕੀਰ ਹੈ ਹਾਂ ਬੁੱਢੂ ਕੀ ਲਕੀਰ ਹੈ ਤੇ ਮੁੱਖ ਮੰਤਰੀ ਵਾਲੀ ਤਾਂ ਮੈਂ ਮੁੱਖ ਮੰਤਰੀ ਤਾਂ ਕਿਸੇ ਦਿਨ ਬਣਨੀ ਹੈ ਹੂੰ ਹੂੰ ਰਾਜਾ ਬੜਿੰਗ ਜੀ ਕਹਿੰਦੇ ਉਹ ਵੀ ਉੱਥੇ ਪਹੁੰਚ ਗਏ ਮਖਿਆ ਯਾਰ ਹਾਈ ਵੀ ਉਹ ਬਿੱਟੂ ਪਾਰਟੀ ਛੱਡ ਗਿਆ ਉਹ ਤਾਂ ਚਲੋ ਛੱਡ ਹੀ ਗਿਆ ਤੇ ਸੁਖਜਿੰਦਰ ਸਿੰਘ ਰਦਾਵਾ ਉਹ ਵੀ ਗਿਆ ਉਹਨਾਂ ਦਾ ਵੀ ਨਾਂ ਤਾਂ ਆ ਹੀ ਗਿਆ ਸੀ ਮੁੱਖ ਮੰਤਰੀ ਵੀ ਜੋ ਹਾਂ ਹਾਂ ਉਹ ਕਹਿੰਦਾ ਤੈਨੂੰ ਤਾਂ ਹੋ ਗਿਆ ਮੈਂ ਕੀ ਕਹਿੰਦਾ ਇੱਕੋ ਹੀ ਰਹਿ ਗਿਆ ਫਿਰ ਪ੍ਰਤਾਪ ਸਿੰਘ ਬਾਜਵਾ ਕੱਲਾ ਹੀ ਰਹਿ ਗਿਆ ਕਹਿੰਦਾ ਫਿਰ ਉਹ ਹਾਂ ਮੈਂ ਕਿਹਾ ਵੀ ਇਹ ਹੁਣ ਵੀ ਉਹ ਚੂੜੀਦਾਰ ਪਜਾਮਾ ਤਾਂ ਉਹਦੇ ਵੀ ਪਾਇਆ ਹੋਇਆ ਪੂਰੀ ਪਾਇਆ ਪਿਆ ਹੈਲੀਕਾਪਟਰ ਦੇ ਜੂਟੇ ਤਾਂ ਉਹਨੇ ਵੀ ਆ ਜੂਟੇ ਆ ਜੂਟੇ ਲੈ ਵੀ ਹੈ ਹਾਂ ਪਰ ਉਹ ਕੱਲ ਕਹਿੰਨੇ ਕਿਹਾ ਸੀਗਾ ਵੀ ਮੈਂ ਸਿਆਸਤ ਛੱਡ ਦੂ ਜੇ ਮਿੱਠੂ ਜਿੱਤ ਗਿਆ ਤਾਂ ਉਹਦੇ ਚ ਮਤਲਬ ਇਹ ਇੰਨੀ ਕਿਤਾ ਉਹਦੀ ਜਿਹੜੀ ਕ੍ਰੈਡੀਬਿਲਟੀ ਬਣ ਗਈ ਬਣ ਗਈ ਸੋ ਸੁਖਜਿੰਦਰ ਰੰਧਾਵਾ ਵੀ ਉਹਨਾਂ ਚਾਹੁੰਦਾ ਜੀ ਹੁਣ ਇਹ 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 ਜਿੱਤੇ ਹੈ ਇਹ ਤੁਝੇ ਅੱਗੇ ਆ ਤਾਂ ਸੁਖਵਿੰਦਰ ਸਿੰਘ ਦਾਵਾ ਤੋਂ ਬਾਅਦ ਜੀ ਫਿਰ ਆਉਂਦੇ ਆ ਚਰਨਜੀਤ ਸਿੰਘ ਚੰਨੀ ਜੀ ਕਰਕਾਰੀ ਤੇ ਆਪਾਂ ਉਸ ਤੋਂ ਬਾਅਦ ਫਿਰ ਬੜਿੰਗ ਸਾਹਿਬ ਆ ਗਏ ਉਹ ਜੀ ਔਰ ਅਗਲੀ ਗੱਲ ਜਿਹੜਾ ਹੈਗਾ ਜਿਹੜਾ ਸਭ ਤੋਂ ਵੱਡਾ ਪੱਕਈ ਹੈ ਤਾਂ ਉਹ ਹੈਗਾ ਗੁਰਦੀਪ ਸਿੰਘ ਔਜਲਾ ਅੰਮ੍ਰਿਤਸਰ ਤੋਂ ਤੀਜੀ ਵਾਰੀ ਜਿੱਤੇ ਜੀ ਹੂੰ ਹੂੰ ਤੀਜੀ ਵਾਰੀ ਜਿੱਤਣਾ ਮਤਲਬ ਐਂਟਰੀ ਐਨੀ ਐਂਟਰੀ ਇਨ ਕੰਪੈਨਸਿਟੂ ਕਾਬੂ ਕਰਨਾ ਵੱਡੀ ਗੱਲ ਹੁੰਦੀ ਹੈ ਜੀ ਹੁਣ ਜੇ ਆਪਾਂ ਦੇਖੀਏ ਅਕਾਲੀ ਦਲ ਵੱਲੋਂ ਤਾਂ ਬੀਬੀ ਕਮਾਇ ਆਪਣੀ ਜਿੱਤੀ ਹੈ ਹਰ ਸਿਮਰਤਕਾਰ ਬਾਦਲ ਤੇ ਝਾੜੂ ਦੇ ਜਿਹੜੇ ਹੈਗੇ ਆ ਜੀ ਬੰਦੇ ਕਹਿ ਦਿੱਤੇ ਸਿਰਫ ਤਿੰਨ ਜੀ ਉਹਨਾਂ ਦੇ ਵਿੱਚੋਂ ਗੁਰਮੀਤ ਸਿੰਘ ਮੀਤ ਹੇਅਰ ਹੋਗੇ ਔਰ ਨਾਲ ਜਿਹਾ ਆਪਾਂ ਦੇਖੀਏ ਤਾਂ ਮਾਲਵਿੰਦਰ ਸਿੰਘ ਕੰਗ ਹੋਗੇ ਜੀ ਤੇ ਤੀਜੇ ਫਿਰ ਜਿਹੜੇ ਹੈ ਜੀ ਉਧਰੋਂ ਡੈਪੂਟੇਸ਼ਨ ਤੇ ਲਏ ਹੋਏ ਆ ਕਾਂਗਰਸ ਪਾਰਟੀ ਤੋਂ ਰਾਜਕਮਰ ਚੱਬੇਵਾਲ ਸਾਹਿਬ ਉਹ ਹੋਗੇ ਹੁਣ ਦਾਨੀਅਲ ਜੀ ਸਾਹਿਬ ਇਹਦੇ ਨਾਲ ਅਗਲੀ ਗੱਲ ਲੈ ਲੋ ਜੀ ਅਗਲੀ ਗੱਲ ਇਹ ਆ ਕਿ 5 ਬਾਈ ਇਲੈਕਸ਼ਨ ਆ ਗਏ ਜੀ ਤੇ 5 ਬਾਈ ਇਲੈਕਸ਼ਨਾਂ ਦੇ ਵੇਲੇ ਅੱਜ ਮੈਂ ਪੜ ਰਿਹਾ ਸੀ ਕਿਸੇ ਨੇ ਹੋਰ ਹੀ ਪੜਾਕਾ ਪਾਤਾ ਅੱਛਾ ਜੀ ਉਹੀ ਆਪਣਾ ਸੱਜਣਾ ਹੈਗਾ ਇਹ ਬਠਿੰਡੇ ਦਾ ਪੱਤਰਕਾਰ ਹੀ ਹੈ ਹੂੰ ਉਹਨੇ ਕਹਿੰਦੇ ਜੀ ਇੱਕ ਪੋਸਟ ਲਿਖਦੀ ਹਾਂ ਉਹ ਕਹਿੰਦੇ ਜੀ ਦੇਖੋ ਅਗਲੇ ਦਿਨਾਂ ਦੇ ਵਿੱਚ ਬੜਾ ਪੜਾਹਾਕਾ ਪੈ ਰਿਹਾ ਜੀ ਰਾਗਵ ਚੱਡੇ ਦੀ ਕਹਿੰਦੇ ਬਣ ਗਈ ਵੋਟ ਪੰਜਾਬ 'ਚ ਅੱਛਾ ਜੀ ਉਹਨੇ ਵੋਟ ਪਾ ਵੀ ਦਿੱਤੀ ਮੋਹਾਲੀ ਮੋਹਾਲੀ ਪਾਤੀ ਹਾਂ ਤੇ ਉਹਨੂੰ ਕਹਿੰਦੇ ਜੀ ਸੰਗਰੂ ਆਪਣੇ ਬਰਨਾਲੇ ਤੋਂ ਕਹਿੰਦੇ ਚੋਣ ਲੜਾਈ ਆ ਸਕਦੀ ਹੈ ਅੱਛਾ ਜੀ ਤੇ ਚੋਣ ਲੜਾ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਹੂੰ ਚਲੋ ਚੋਣ ਲੜਾਉਣ ਲਈ ਤੇ ਉਹਨਾਂ ਦੀ ਆਪਦੀ ਗੱਲ ਹੈ ਕਿਤੇ ਵੀ ਕਰ ਰਹੇ ਨੇ ਪਰਦਾਨੇ ਵਾਲੀਆ ਸਾਹਿਬ ਜਿਸ ਬੰਦੇ ਨੂੰ ਪੰਜਾਬੀ ਨਹੀਂ ਬੋਲਣੀ ਉਹ ਕਰੂਗੀ ਉਹ ਪੰਜਾਬੀ ਨਹੀਂ ਬੋਲੀ ਉਹ ਨਹੀਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕ ਨੂੰ ਬਰਦਾਸ਼ਤ ਕਰ ਲੈਣਗੇ ਨਾ ਇਹ ਉਹਨੇ ਪਹਿਲਾਂ ਇੱਕ ਵਾਰੀ ਗੱਲ ਕਹੀ ਸੀਗੀ ਕਿ ਮੇਰੇ ਨਾਨਕੇ ਜਲੰਧਰ ਆਏ ਹੂੰ ਨਾਨਕੇ ਤਾਂ ਮੇਰਾ ਖਿਆਲ ਹੈ ਵੀ ਕਿਸੇ ਦੇ ਜੀ ਵੀ ਆਪਾਂ ਕੱਢ ਲਗੇ ਤਾਂ ਹੋ ਜਾਂਦੇ ਤੇ ਜੇ ਇਸ ਲਈ ਅੱਜ ਨਾਲ ਆਪਾਂ ਦੇਖੀਏ ਜੀ ਤੇ ਜਿਹੜਾ ਬੰਦਾ ਮਿੱਠੀ ਤੋਂ ਜਿੱਤਿਆ ਹੈ ਜੀ ਕਸ਼ੋਰੀ ਰਾਮ ਸ਼ਰਮਾ ਹਾਂ ਹਾਂ ਤੇ ਕਸ਼ੋਰੀ ਰਾਮ ਸ਼ਰਮਾ ਦੇ ਬਾਰੇ ਅੱਜ ਮੈਂ ਪੜ ਰਿਹਾ ਸੀ ਕੋਈ ਤਾਂ ਉਹਨੂੰ ਲੁਧਿਆਣੇ ਦਾ ਕਹਿੰਦੇ ਕਹਿੰਦੇ ਜੀ ਉਹਦਾ ਜਿਹੜਾ ਪੁਰਾਣਾ ਪਿੰਡ ਹੈ ਨਾ ਉਹ ਮਲੇਰਕੋਟਲੇ 'ਚ ਹੈ ਅੱਛਾ ਜੀ ਮਲੇਰ ਕੋਟਲੇ ਦੇ ਵਿੱਚ ਪੰਡਤਾਂ ਦਾ ਮੁੰਡਾ ਸੀਗਾ ਤੇ ਇੱਥੋਂ ਸ਼ਾਇਦ ਫਿਰ ਉਹ ਲੁਧਿਆਣੇ ਚਲੇ ਗਿਆ ਜੀ ਤੇ ਲੁਧਿਆਣੇ ਦੇ ਵਿੱਚੋਂ ਫਿਰਦਾ ਤੁਰਦਾ ਕਿਤੇ ਗਾਂਧੀ ਪਰਿਵਾਰ ਦੇ ਨੇੜੇ ਹੋ ਗਿਆ ਤੇ ਗਾਂਧੀ ਪਰਿਵਾਰ ਨੇ ਕਹਤਾ ਯਾਰ ਤੂੰ ਇੱਥੇ ਬਹਿ ਜਾ ਇੱਥੇ ਦਫ਼ਤਰ ਦੇ ਉਹ ਦਫ਼ਤਰ ਉਹ ਹੀ ਸੀਤਾਰਾਮ ਕੇਸਰੀ ਵਾਲਾ ਕੰਮ ਸੀਤਾਰਾਮ ਕੇਸਰੀ ਵਾਲਾ ਹਾਂਜੀ ਤੇ ਉਹ ਦਫ਼ਤਰ 'ਚ ਬਹਿ ਗਿਆ ਜੀ ਉੱਥੇ ਉਹਨਾਂ ਦਾ ਸਾਰਾ ਕੰਮ ਤਾਂ ਦਾ ਦੇਖਣ ਲੱਗਾ ਕਰਦਿਆ ਕਰਾਉਂਦਾ ਹੋਇਆ ਕੀ ਕਿ ਐਸ ਕੀ ਬਾਰੀ ਬਾਰੀ ਉਹਨੂੰ ਦਬਕੇ ਮਾਰੀ ਜਾਂਦੇ ਸੀ ਰਾਹੁਲ ਗਾਂਧੀ ਨੂੰ ਚੱਲ ਮਿੱਠੀ ਹੂੰ ਚੱਲ ਮਿੱਠੀ ਪਹੁੰਚ ਉੱਥੇ ਦੇਖਾ ਖੜੀ ਐ ਸਮਿਰਤੀ ਰਾਣੀ ਹੂੰ ਕਹਿੰਦੇ ਉਹਨਾਂ ਨੇ ਬੋਚ ਕਿਦ ਨੇ ਕਹਿੰਦਾ ਜੀ ਨਹੀਂ ਜੀ ਸਾਡਾ ਤਾਂ ਕਿਸ਼ੋਰੀ ਰਾਮ ਡਰੂਗਾ ਇਲੈਕਸ਼ਨ ਉਹ ਜਦੋਂ ਨਾ ਕਿਸ਼ੋਰੀ ਰਾਮ ਦਾ ਲੈਤਾ ਤਾਂ ਫਿਰ ਟਰੋਲ ਕਰਨ ਲੱਗੇ ਉਹਨੂੰ ਕਰ ਲੈ ਡਰ ਗਿਆ ਡਰ ਗਿਆ ਡਰ ਗਿਆ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਅੱਜ ਮੈਂ ਪੜ ਰਿਆ ਸੀ ਆਲ ਲਿਖ ਰਹੀ ਹੈ ਪ੍ਰਿੰਕਾ ਗਾਂਧੀ ਵਾਡਰਾ ਉਹ ਕਹਿੰਦੇ ਮੈਨੂੰ ਪੱਕਾ ਪਤਾ ਸੀ ਵੀ ਕਿਸ਼ੋਰੀ ਭయ్యా ਹੂੰ ਜੀਤेंगे ਇਹ ਹਰਾਊਗਾ ਸਿਮਰਤੀ ਡਾਟਿੰਗ ਤੇ ਅੱਜ ਉਹਦੇ ਵਿੱਚ ਇਹ ਹੈ ਕਿ ਅਸਲ ਦੇ ਵਿੱਚ ਰਾਹੁਲ ਗਾਂਧੀ ਨਹੀਂ ਤੇ ਨਹਿਰੂ ਖਾਨਦਾਨ ਨੇ ਜਿਹੜੀਆਂ ਮਤਲਬ ਬੀਬੀ ਮਤਲਬ ਸਾਸ ਵੀ ਕਦੇ ਕਦੇ ਹੋਈ ਸੀ ਤੇ ਉਹ ਕਹਿੰਦੇ ਵੀ ਜਰਕਾਟੇ ਪਾਉਂਦੀ ਹੁੰਦੀ ਸੀ ਇਹਨਾਂ ਨੂੰ ਵੀ ਆ ਇਧਰ ਨੂੰ ਹਾਂ ਹਾਂ ਉਹ ਕਹਿੰਦਾ ਵੀ ਬੀਬੀ ਤੂੰ ਮੈਨੂੰ ਤਾਂ ਛੱਡਾ ਮੇਰਾ ਨੌਕਰੀ ਆ ਰਿਹਾ ਹਾਂ ਹਾਂ ਕਹਿੰਦੇ ਨੌਕਰੀ ਭੇਜਤਾ ਹੂੰ ਕਿਉਂਕਿ ਜੇ ਜਿਹਨੂੰ ਆਪਾਂ ਕਲਰਕ ਬਾਬੂ ਕਹਿੰਦੇ ਹਾਂ ਕਲਰਕ ਬਾਬੂ ਕਹਿੰਦੇ ਹਾਂ ਸੇਵਾਦਾਰ ਕਹਿੰਦੇ ਹਾਂ ਸੇਵਾਦਾਰ ਕਹਿੰਦੇ ਕਹਿੰਦੇ ਜੀ ਸੇਵਾਦਾਰ ਭੇਜਤਾ ਤੇ ਸੇਵਾਦਾਰ ਨੇ ਹਰਾਤਾ ਉਹਨੂੰ ਹੈਡ ਦਾ ਹੁਣ ਉਹ ਵੀ ਮਤਲਬ ਇਤ ਪੰਜਾਬ ਦਾ ਇਸ ਸਾਹਿਬ ਦੇ ਨਾਲ ਜੇ ਆਪਾਂ ਕੱਢਣਾ ਹੋਵੇ ਰਾਗਵ ਚੱਡੇ ਵਾਲੀ ਗੱਲ ਤਾਂ ਬਹੁਤ ਸਾਰਾ ਕੁਝ ਨਿਕਲ ਸਕਦਾ ਹੈ ਪਰ ਮੇਰੇ ਖਿਆਲ ਮੁਤਾਬਕ ਹੈ ਪੰਜਾਬ ਦੇ ਲੋਕ ਕਦੇ ਵੀ ਕਿਸੇ ਆਊਟਰ ਬੰਦੇ ਨੂੰ ਗੈਰ ਪੰਜਾਬੀ ਨੂੰ ਉਹ ਤਾਂ ਬਹੁਤ ਭੜਾ ਹਾਲ ਹੋ ਜੂਗਾ ਉਹਦਾ ਬਹੁਤ ਭੜਾ ਹਾਲ ਹੋ ਜੂਗਾ ਅਖਲੀ ਦਲ ਤੇ ਹੀ ਲੈ ਲੋ ਜੀ ਜੇ ਕਹਿਣ ਨੂੰ ਜੋ ਮਰਜੀ ਅਖੀ ਜਾਓ ਬਾਦਲ ਸਾਹਿਬ ਨੇ ਦੋ ਤਿੰਨ ਵਾਰੀ ਜਿਹੜੇ ਡੀਸੀ ਲਾਏ ਆ ਅੰਮ੍ਰਿਤਸਰ ਦੇ ਹਿੰਦੂ ਜਿਹੜੇ ਫੇਸਿਸ ਲਾਏ ਆ ਤੇ ਜਦੋਂ ਹੁਣ ਡੀਸੀ ਜਿਹੜਾ ਬਹੁਤ ਵੱਡਾ ਅਹਿਮ ਰੋਲ ਅਦਾ ਕਰਦਾ ਐਸਜੀਪੀਸੀ ਚ ਉੱਥੇ ਐਸਜੀਪੀਸੀ ਦੀ ਜਦੋਂ ਜਦੋਂ ਐਸਜੀਪੀਸੀ ਦਾ ਮਤਲਬ ਚੋਣ ਹੁੰਦੀ ਹੈ ਨਾ ਜੀ ਹਾਂ ਜੋ ਹੁਣ ਤੋਂ ਬਾਅਦ ਜਿਹੜਾ ਹਾਊਸ ਬਣਦਾ ਪਹਿਲਾ ਹਾਊਸ ਜੀ ਉਹਨੂੰ ਪਰਜਾਇਡ ওভার ਡੀਸੀ ਨੇ ਕਰਨਾ ਡੀਸੀ ਨੇ ਕਰਨਾ ਹੁੰਦਾ ਉਹ ਜੋ ਡੀਸੀ ਉਹਨੂੰ ਫਿਰ ਛੁੱਟੀ ਦੇ ਜਾਂਦਾ ਫਿਰ ਜਿਹੜਾ Hindu ਭਾਈਚਾਰੇ ਦਾ ਬੰਦਾ ਹੁੰਦਾ ਉਹਨੂੰ ਭੇਜ ਦਿੰਦੇ ਛੁੱਟੀ ਤੇ ਫਿਰ ਕਿਸੇ ਨੂੰ ਮਾਤਰ ਨੂੰ ਦੇ ਦਿੰਦੇ ਚਾਰਜ ਵੀ ਚੱਲ ਪਈ ਦੋ ਦਿਨ ਚਾਰਜ ਘੰਟਿਆਂ ਦਾ ਉਹ ਦੇਦਾ ਹਾਂ ਉਹ ਦੇਦਾ ਵੀ ਤੂੰ ਆ ਕੇ ਕੀ ਕਰ ਮਤਲਬ ਜ਼ਰੂਰੀ ਹੈ ਇਸ ਕਰਕੇ ਉਹ ਘਰ ਘਰ ਗਿਆ ਨਾ ਲੋਕਾਂ ਦੇ ਉਹ ਚੀਜ਼ ਵੀ ਕਰ ਕੀਤੀ ਹੋਈ ਕੀਤੀ ਹੋਈ ਹੈ ਖੜਾ ਨਹੀਂ ਛੱਡਦੀ ਹਾਂ ਉਹ ਖੜਾ ਨਹੀਂ ਛੱਡ ਉਹ ਤਾਂ ਜੇ ਹੁਣ ਆਪਾਂ ਦੇਖੀਏ ਤਾਂ ਇਜ਼ਹਾਰ ਆਲਮ ਕਿਹੜਾ ਖੜਾ ਛੱਡਦੇ ਹਾਂ ਇਜ਼ਹਾਰ ਆਲਮ ਵੀ ਨਹੀਂ ਛੱ सो प्रोग्राम शामिल आंदे च फिलहाल एक ब्रेक ते ब्रेक तो बाद फिर हाजिर ने जुड़े रहो रेडियो पंजाब टुडे तीन चलाउन दे जा कार मैक्स फोर्स कमिंस आईएसएक्स वॉल्वो मर्सिडीज स्प्रिंटर जे ही मोटर होवे तेल होर ओरिजिनल फिल्टर ता चेंज कराणा ही आ आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी तो जानदे हो एग्जिट 268 ऑन हाईवे 401 और एग्जिट 5 ऑन क्यूईडब्ल्यू क्विक ट्रक ल्यूब खुश होके पड़तोगे Ha ha manilo, Panso Uni Chesobai, Sefer Cheso Sat, 519622-0660. QTL. Because we care. We ਪਪਾਂ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਰ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਕੜੇ ਚੂੜੀਆਂ ਨਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਐਲਰ ਸ਼ਾਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ ਦੋ ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ हाँ। मैन बस एक गल दस आज जी तू ट्रेवलिंग कर हाँ। तो दूध तो फ्रेश हाँ। राज की हैड्री शावर का हो मिलेगा हूने कॉल करो तीन सो एक, सो बवंजा सठ छिया थ्री सिक्स जीरो टू जीरो सिक्स सिक्स ए दो लोकेशन तो सेवा प्रदान करते हैं सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कावे तेईस चौर उन प्लाजा, मडेरा वाले लोकल ट्रक वीर डीजल प्लाजा टी ए मडेरा एग्जोर कॉल सचिन मलिक या रविवाल एट फाइव फाइव नाइन नाइन फोर सेवन बहुत जल्द भी खुल रहा है एक नवा पायलट ट्रक स्टॉप 99 एंड ਬੀਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਟੱਲੋ ਨੇ ਟੱਲੋ ਸਾਹਿਬ ਹੁਣ ਗੱਲ ਕਰੀਏ ਐਨਡੀਏ ਦੀ ਐਨਡੀਏ ਨੂੰ ਬਹੁਤ ਬਹੁਮਤਾ ਮਿਲ ਗਿਆ ਪਰ ਮੋਦੀ ਸਾਹਿਬ ਦਾ ਚਿਹਰਾ ਹਜੇ ਮੁਰਝਾ ਗਿਆ ਅੱਜ ਅਸਤੀਫਾ ਦੇ ਆਏ ਨੇ ਮੁਰਮੁਰ ਰਾਸ਼ਪਤੀ ਮੁਰਮਰ ਨੂੰ ਵੀ ਤੇ ਤਨਖਾੜ ਹੋਰਾਂ ਨੂੰ ਵੀ ਮਿਲੇ ਆਏ ਨੇ ਐਂਡ ਹੋਰੀ ਜਿਹੜੀ ਰੰਗ ਜੇ ਦੀ ਜੈਕਟ ਪਾਈ ਆ ਪਰ ਚਿਹਰੇ ਤੇ ਰੌਣਕ ਨਹੀਂ ਦਨੈਲੀ ਸਾਹਿਬ ਦੇ ਰੌਂਕ ਦਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਜਦ ਆਪਾਂ ਨੂੰ ਪੰਜਾਬੀ ਚ ਕਹਦੀ ਹੈ ਵੜਕ ਹੂੰ ਹੂੰ ਤੇ ਥੋੜਾ ਜਿਹਾ ਕਈ ਕਹਿੰਦੇ ਫਾੜੂ ਵੱਡੀ ਮਾਰਤੀ ਸੀ ਜੀ ਪਹਿਲਾਂ ਤਾਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਹੀ ਕਹਿ ਦਿੱਤਾ ਸੀ ਕਿ ਇੱਕ ਇਕੱਲਾ ਸਭ ਪੇ ਭਾਰੂ ਭਾਰੂ ਅੱਛਾ ਹੈ ਕਿ ਮੈਂ ਕੱਲਾ ਜਿਹੜਾ ਹੈਗਾ ਸਾਰੀ ਆਪੋਜੀਸ਼ਨ ਕਿਸੇ ਪਾਸੇ ਹੋ ਜੇ ਤੇ ਮੈਂ ਕੱਲਾ ਹੀ ਤੁਹਾਨੂੰ ਵਾਧੂ ਆ ਜੀ ਤੇ ਫਿਰ ਇਹਨਾਂ ਨੇ ਅਗਲਾ ਨਾਰਾ ਦਿੱਤਾ ਸੀ ਕਿ ਆਪ ਕੀ ਬਾੜ ਹੂੰ 400 ਸੇ ਪਾਰ 400 ਦੇ ਪਾਰ ਕਿ 400 ਤਾਂ ਕੱਲਾ ਭਾਰਤੀ ਜਨਤਾ ਪਾਰਟੀ ਲਾਊਗੀ ਹੂੰ ਹੂੰ ਉਤੋਂ ਬਾਅਦ ਫਿਰ ਅਗਲਾ ਜਿਹੜਾ ਹੈਗਾ ਸੀ ਅਮਿਤ ਸ਼ਾਹ ਉਹ ਵੀ ਉਹਨਾਂ ਨੇ ਥੋੜਾ ਜਿਹਾ ਅੰਕ ਠਾ ਘਟਾਇਆ ਤਾਂ ਸੀ ਜੀ ਉਹਨਾਂ ਨੇ ਕਹਿਤਾ ਸੀ ਜੀ 370 ਜੀ 370 ਤੇ ਆ ਜਾਗੇ ਤੇ ਹੁਣ ਦਾਨੇ ਵਾਲੀ ਸਾਬ ਜੀ ਆਪਾਂ ਦੇਖੀਏ ਵੀ ਚੋਣਾ ਹੋ ਗਿਆ ਤੇ ਚੋਣਾ ਹੋ ਕੇ ਜਿਹੜਾ ਘੱਟੂ ਘੱਟ ਜਿੰਨੀਆਂ ਚਾਹੀਦੀਆਂ ਹੁੰਦੀਆਂ ਸੀਟਾਂ ਹੂੰ ਹੂੰ ਭਾਰਤੀ ਜਨਤਾ ਪਾਰਟੀ ਨੂੰ ਤਾਂ ਉਹ ਉਹਨਾਂ ਆ ਵੀ ਨਹੀਂ ਆਇਗਾ ਜੀ 239 ਆ 40 ਹੁੰਦੀ 41 41 ਆਗੇ ਮੈਂ 41 ਹੋ ਗਏ ਚਲੋ 241 ਹੋ ਗੀਆਂ ਤੇ ਜਿਹੜਾ ਅੰਕੜਾ ਹੈ ਜੀ ਸਰਕਾਰ ਬਣਾਉਣ ਉਸੇ ਆਪਣੇ ਬਲਬੂਤੇ ਉਹ ਕਿੰਨਾ ਚਾਹੀਦਾ ਜੀ ਉਹ 273 ਚਾਹੀਦਾ 72 ਮਤਲਬ 200 ਹਾਂ ਠੀਕ ਹੈ 543 ਤੇ 73 ਚਾਹੀਦਾ ਜੀ 73 ਵਾਸਤੇ ਹੁਣ ਇਹਨਾਂ ਨੂੰ ਐਨਡੀਏ ਦਾ ਸਹਾਰਾ ਲੈਣਾ ਪਵੇ ਚਾਹੀ ਕਿਸੇ ਹੋਰ ਪਾਰਟੀ ਦਾ ਲੈਣਾ ਪਵੇ ਉਹ ਕਰਨਾ ਪੈਣਾ ਹੂੰ ਹੂੰ ਇਹ ਤੋਂ ਪਹਿਲਾਂ ਜੀ ਆਪਾਂ ਦੇਖੀ 2014 ਜੀ ਔਰ 2019 ਚ 14 ਦੇ ਵਿੱਚ ਵੀ ਆਪਣੇ ਬਲਬੂਤੇ ਸਰਕਾਰ ਬਣਾਉਣ ਦੇ ਸਮਰੱਥ ਸੀ ਭਾਵੇਂ ਕਿ ਐਨਡੀਏ ਇਹਨਾਂ ਦੇ ਨਾਲ ਸੀ ਨਾਲ ਸੀ ਫਿਰ ਜਿਹੜੀ ਹੈਗੀ 2019 ਦੇ ਵਿੱਚ ਤਾਂ ਇਹਨਾਂ ਦੀ ਜਿਹੜੀ ਸੀਗੀ ਉਹ ਬਾਲਾਕੋਟ ਵਾਲਾ ਮਾਮਲਾ ਹੋ ਗਿਆ ਸੀ ਹੂੰ ਹੂੰ ਔਰ ਉਹਦੇ ਤੇ ਫਿਰ ਇਹਨਾਂ ਨੂੰ 303 ਸੀਟਾਂ ਮਿਲਗੀਆਂ ਸੀ ਤੇ ਉਦੋਂ ਕਿਸੇ ਬੰਦੇ ਨੇ ਪੋਸਟ ਲਿਖੀ ਸੀ ਕਹਿੰਦੇ ਭਾਰਤੀ ਜਨਤਾ ਪਾਰਟੀ ਤਾਂ 303 ਬਣ ਗਈ ਹੂੰ ਹੂੰ ਉਹ 303 ਵੋਟ ਦੀ ਰੈਫਲ ਹੁੰਦੀ ਹੈ ਨਾ ਜਿਹਨੂੰ ਆਪਾਂ 303 ਕਹਿੰਦੇ ਸੀ ਵੀ 303 ਬਣ ਗਈ ਔਰ ਉਹ 303 ਬਣੀ ਰਹੀ ਹੂੰ ਹੂੰ ਇਹਨਾਂ ਨੇ ਆਪਣੀ ਮਰਜ਼ੀ ਕੀਤੀ ਆਪਦੀ ਮਰਜ਼ੀ ਨਾਲ ਚਲਾਏ ਤੇ ਇੰਡੀਆ ਦੇ ਭਾਈਵਾਲਾਂ ਨੂੰ ਵੀ ਇਹ ਪੁੱਛਿਆ ਹੂੰ ਹੂੰ ਉਸੋ ਕੁਬੀਰ ਸਿੰਘ ਬਾਦਲ ਨੇ ਇੱਕ ਵਾਰੀ ਕਿਹਾ ਸੀਗਾ ਨਾ ਹੂੰ ਕਿ ਸਾਨੂੰ ਤਾਂ ਇਹ ਨਹੀਂ ਪਤਾ ਐਂਡੀਆ ਹੈਗਾ ਕਿ ਹੈ ਨਹੀਂ ਕਿ ਕਦੇ ਮੀਟਿੰਗ ਤਾਂ ਹੋਈ ਨਹੀਂ ਹਾਂ ਹਾਂ ਬੁਲਾਇਆ ਹੀ ਨਹੀਂ ਮੀਟਿੰਗ ਦੇ ਵਿੱਚ ਕਿਉਂਕਿ ਐਂਡੀਆ ਜਿਹੜਾ ਸੀ ਨਾ ਕਿਸੇ ਜ਼ਮਾਨੇ ਦੇ ਵਿੱਚ ਤੋਂ ਐਂਡੀਆ ਬਣਿਆ ਐਂਡੀਆ ਉਦੋਂ ਬਣਿਆ ਸੀਗਾ ਜਦੋਂ ਆਪਣੇ ਅਟਲ ਬਿਹਾਰੀ ਬਾਜਪਾਈ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਉਹਨਾਂ ਨੇ ਬਣਾਇਆ ਸੀ ਜੀ ਤੇ 24 ਪਾਰਟੀਆਂ ਦਾ ਗੱਠਜੋੜ ਬਣਾ ਕੇ ਤੇ ਆ ਗੱਠਜੋੜ ਚਲਾਇਆ ਬਾਖੂਬੀ ਹੂੰ ਹੂੰ ਉਹਨਾਂ ਨੇ ਉਹ ਵੱਡੀ ਪ੍ਰਾਪਤੀ ਸੀ ਤੇ ਸਭ ਤੋਂ ਪਹਿਲਾ ਜਿਹੜਾ ਐਨਡੀਏ ਦਾ ਆਪਾ ਮੁਖੀ ਦੇਖੀਏ ਤੇ ਉਹ ਸੀ ਜਾਰਜ ਫਰਨਾਡੇਸ ਜੀ ਜਾਰਜ ਫਰਨਾਡੇਸ ਦੇ ਫਿਰ ਜਦੋਂ ਬਿਮਾਰ ਹੋ ਗਏ ਜਾਂ ਅਕਾਲ ਚਲਾਣਾ ਕਰ ਗਏ ਸੀ ਉਸ ਤੋਂ ਬਾਅਦ ਫਿਰ ਚੰਦਰਬਾਬੂ ਨੇਡੂ ਵੀ ਐਨਡੀਏ ਦੇ ਮੁਖੀ ਰਹੇ ਜੀ ਜੀ ਤੇ ਮੈਨੂੰ ਤਾਂ ਫਿਰ ਉਸ ਤੋਂ ਬਾਅਦ ਪਤਾ ਨਹੀਂ ਸੀ ਵੀ ਚੰਦਰਬਾਬੂ ਨੇਡੂ ਵੀ ਛੱਡ ਕੇ ਚਲਾ ਗਿਆ ਸੀ ਵੀ ਕੌਣ ਸੀ ਤੇ ਕੌਣ ਨਹੀਂ ਸੀ ਹਮ ਹਮ ਚਲੋ ਫਿਰ ਇਹਨੇ ਕਹਿੰਦਾ ਜੀ ਐਨਡੀਏ ਵਾਲੇ ਮਲਾ ਕੇ ਚੱਲ ਕਰਕੇ ਹੁਣ ਇਹ ਜਿਹੜੀ ਹੈ 241 ਸੀਟਾਂ ਹੁੰਦੀਆਂ ਜੀ 241 ਸੀਟਾਂ ਦੇ ਨਾਲ 당ਨੇ ਵਾਲੀਆ ਸਾਹ ਉਹ ਜਿਹੜੀ ਸਰਕਾਰ ਬਣੂਗੀ ਹਮ ਹਮ ਆਪੇ ਨਹੀਂ ਕਹਿੰਦੇ ਕਿ ਇੰਡੀਆ ਵਾਲੇ ਸਰਕਾਰ ਬਣਾ ਲੈਣਗੇ। ਅਸੀਂ ਇੰਡੀਆ ਵਾਲੇ ਨੇ ਕਹਿਤਾ ਹੈ ਕਿ ਅਸੀਂ ਵੀ ਆਪਦੀ ਮੀਟਿੰਗ ਕਰ ਰਹੇ ਹਾਂ ਅੱਜ ਸ਼ਾਮ ਨੂੰ। ਕੱਲ ਰਾਹੁਲ ਗਾਂਧੀ ਨੇ ਤੇ ਖੜਗੇ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਹੂੰ ਹੂੰ। ਉਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਕੀ ਕਰੋਗੇ ਅੱਗੇ? ਜੀ। ਉਹਨਾਂ ਨੇ ਕਹਿੰਦੇ ਸੀ ਆਪੋਜੀਸ਼ਨ ਦੇ ਵਿੱਚ ਬੈਠ ਰਹੇ ਹਾਂ ਜਾਂ ਸਰਕਾਰ ਬਣਾਉਣ ਵਾਸਤੇ ਕੋਈ ਦਾਵਾ ਪੇਸ਼ ਕਰਨਾ ਹੈ। ਜੀ। ਜਾਂ ਕੋਈ ਕਹਿੰਦੀ ਹਿੰਮਤ ਅਸੀਂ ਹੀਲ ਹੁਜਤ ਕਰਨੀ ਹੈ। ਇਦੇ ਬਾਰੇ ਫੈਸਲਾ ਅਸੀਂ ਆਪ ਨਹੀਂ ਕਰ ਸਕਦੇ ਬਾਕੀ ਭਾਈਵਾਲ ਜਿਹੜੇ ਉਹਨਾਂ ਦੇ ਨਾਲ ਰਾਇਮਸੂਰਾ ਕਰਕੇ ਕਰਾਂਗੇ ਤੇ ਅੱਜ ਸ਼ਾਮ ਨੂੰ 6 ਵਜੇ ਦਾ ਟਾਈਮ ਰੱਖਿਆ ਵਾ ਸੀ ਜਿਹੜੀ ਖੜਗੇ ਸਾਹਿਬ ਦੇ ਘਰੇ ਮੀਟਿੰਗ ਹੋ ਰਹੀ ਹੈ ਜੀ ਦੂਜੇ ਪਾਸੇ ਇਹਨਾਂ ਨੇ ਵੀ ਮੀਟਿੰਗ ਕੀਤੀ ਆ ਅੱਪ ਦੀ ਹਾਂਜੀ ਔਰ ਮੀਟਿੰਗ ਕਰਨ ਤੋਂ ਬਾਅਦ ਪਹਿਲਾਂ ਨੇ ਕੈਬਨਿਟਸ ਦੀ ਮੀਟਿੰਗ ਕੀਤੀ ਸੀ ਕੈਬਨਿਟਸ ਦੀ ਮੀਟਿੰਗ ਕਰਨ ਤੋਂ ਬਾਅਦ ਬਾਕਾਇਦਾ ਜਿਹੜਾ ਹੈਗਾ ਉਹਨਾਂ ਨੇ ਆਪਣਾ ਤੁਹਾਡੀ ਮੰਤਰੀ ਮੰਡਲ ਦਾ ਅਸਤੀਫਾ ਦਾ ਪ੍ਰਵਾਨ ਲੈ ਕੇ ਥੋਂ ਰੈਗੂਲੇਸ਼ਨ ਪਾ ਕੇ ਤੇ ਉਹ ਪਰਵਾਨ ਕੀ ਜਲੇ ਰਾਸ਼ਟਰਪਤੀ ਸਹਿਬਾ ਨੂੰ ਦੇ ਦਿੱਤਾ ਹੈ ਤੇ ਰਾਸ਼ਟਰਪਤੀ ਸਹਿਬਾ ਦਾ ਮਤਲਬ ਆਮ ਤੌਰ ਤੇ ਰੁਟੀਨ ਹੀ ਹੁੰਦਾ ਹੈ ਕਿ ਅਗਲੇ ਹੁਕਮਾਂ ਤੱਕ ਤੁਸੀਂ ਕੰਮ ਚਲਾਓ ਸਰਕਾਰ ਦੇ ਤੌਰ ਤੇ ਕੰਮ ਕਰੋ ਤੇ ਹੁਣ ਇਹ ਫਿਰ ਇਹ ਤੋਂ ਬਾਅਦ ਜਿਹੜੀ ਮੀਟਿੰਗ ਕਰਨਗੇ ਆਪਦੀ ਐਨਡੀਆ ਦੇ ਭਾਈ ਵਾਲਾ ਨੂੰ ਨਾਲ ਲੈ ਕੇ ਜਾਣਾ ਪਊ ਜੇ ਨਾਲ ਨਾ ਲੈ ਕੇ ਗਏ ਤੇ ਕੱਟੋ-ਕੱਟ ਉਹਨਾਂ ਦੀਆਂ ਚਿੱਠੀਆਂ ਲੈਣੀਆਂ ਪੈਣਗੀਆਂ ਕਿ ਜੇ ਤਾਂ ਤੁਹਾਡੇ ਕੋਲੇ ਆਪਣਾ ਬਹੁਤ ਤਾਂ ਪੂਰਾ ਫਿਰ ਤਾਂ ਤੁਸੀਂ ਆਪਦੀ ਪਾਰਟੀ ਦੀ ਇੱਕ ਚਿੱਠੀ ਲੈ ਜਾਣੀ ਹੈ ਬਸ ਗੱਲ ਇਹ ਹੈ ਲੋਜੀ ਵਿੱਚ ਅਸੀਂ ਵਿਸ਼ਵਾਸ ਪ੍ਰਗਟ ਕਰਦੇ ਹਾਂ ਬਾਕੀ ਜਿਹੇ ਦੂਜੇ ਕਿਸ ਦੀ ਹਮਾਇਤ ਲੋਗੋਗੇ ਤਾਂ ਉਹਨਾਂ ਚਿੱਠੀ ਲੈ ਕੇ ਜਾਣੀ ਪੈਣੀ ਹੈ ਹੁਣ ਇਹਦੇ ਜਦਾਂ ਨੇ ਵਾਲੀ ਸਾਹਿਬ ਫਿਰ ਇੱਕ ਹੋਰ ਹੋ ਗਿਆ ਜੀ ਕਿਉਂਕਿ ਭਾਪੀ ਨੇ ਐਂਡੀਆ ਦਾ ਭਾਵੇਂ ਬਣਿਆ ਹੋਇਆ ਹਮਮ ਪਰ ਐਂਡੀਆ ਦੇ ਜਿਹੜੇ ਹੈਗੇ ਆ ਉਹ ਮੇ ਜਿਵੇਂ ਨੇ ਇੱਕ ਗੱਠ ਜੋੜ ਬਣਾ ਕੇ ਚੋਣ ਨਹੀਂ ਲੜੀ ਨਾ ਪ੍ਰੀ ਪੁਲਾਈਸ ਨਹੀਂ ਸੀ ਉਹ ਇੰਡੀਆ ਵਾਲਿਆਂ ਦਾ ਹੈਗਾ ਸੀ ਉਹ ਇੰਡੀਆ ਵਾਲਿਆਂ ਦਾ ਸੀ ਉਹ ਇੰਡੀਆ ਵਾਲਿਆਂ ਦਾ ਹੈਗਾ ਇੰਡੀਆ ਵਾਲਿਆਂ ਦੀ ਕਿਉਂਕਿ ਇੰਡੀਆ ਵਾਲੇ ਪਾਸੋਂ ਵੀ ਇਹ ਪਤਾ ਲੱਗਿਆ ਕਿ ਉਧਰੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਮਮ ਜਾਣਕਾਰੀ ਇਹ ਮਿਲੀ ਹੈ ਕਿ ਸ਼ਰਦ ਪਵਾਰ ਹੋੜਾ ਨੇ ਜੀ ਰਾਬਤਾ ਕਾਇਮ ਕੀਤਾ ਹੈ ਅਖਲੇਸ਼ ਯਾਦੂ ਨੂੰ ਵੀ ਡਿਊਟੀ ਲਾਤੀ ਜੀ ਅਖਲੇਸ਼ ਯਾਦਵ ਦੀ ਡਿਊਟੀ ਵੀ ਲੱਗੀ ਹੋਈ ਬਹੁਤ ਤਕੜੀ ਡਿਊਟੀ ਲੱਗੀ ਹੈ ਹਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਹਵਾਈ ਜਹਾਜ਼ ਚੋਂ ਇਕੱਠੇ ਹੋ ਗਏ ਤੇ ਜਸਵੀ ਯਾਦਵ ਤੇ ਮੌਸਮੀ ਚਾਚਾ ਪਤੀਜਾ ਚਾਚਾ ਪਤੀਜਾ ਚਾਚਾ ਚਾਚਾ ਪਲਟੂ ਰਾਮ ਤੇ ਤੇਜਸਵੀ ਯਾਦਵ ਦੋਨੋਂ ਹੋ ਗਏ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਡੀ ਕੇ ਸ਼ਿਵ ਕੁਮਾਰ ਜੀ ਜਿਹੜੇ ਕਰਨਾਟਕਾ ਦੇ ਡਿਪਟੀ ਮੁੱਖ ਮੰਤਰੀ ਵੀ ਹੈ ਤੇ ਕਰਨਾਟਕਾ ਦੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਵੀ ਹੈ ਜੀ ਉਹਨਾਂ ਦੀ ਕਹਿੰਦੇ ਚੰਦਰ ਬਾਬੂ ਨੇੜੂ ਨੇੜੂ ਨਾਲ ਬੜੀ ਨੇੜਤਾ ਹੈ ਹੂੰ ਹੂੰ ਉਹ ਵੀ ਗੱਲ ਕਰਨ ਵਾਸਤੇ ਲੱਗੇ ਹੋਏ ਹੈ ਤੇ ਸ਼ਰਦ ਪਵਾਰੋਲੀ ਜਿਹੜੀ ਗੱਲ ਤੁਸੀਂ ਜ਼ਿਕਰ ਕਰਦੇ ਹੋ ਮੇਰੇ ਕੋਲ ਸ਼ਰਦ ਪਵਾਰ ਤਾਂ ਫਿਰ ਚਾਚਾ ਪਲਟੂ ਰਾਮ ਨਾਲ ਹੀ ਗੱਲ ਕਰਦੇ ਆ ਹਮਮ ਨਤੀਸ਼ ਕੁਮਾਰ ਨਾਲ ਤੇ ਨਤੀਸ਼ ਕੁਮਾਰ ਦੇ ਨਾਲ ਨੇੜਤਾ ਬਿਲਕੁਲ ਠੀਕ ਹੈ ਤੁਹਾਡੇ ਯਾਦ ਹੋਣਾ ਹੈ ਹਮ ਉਦੋਂ ਵੀ ਜੋ ਨਤੀਸ਼ ਕੁਮਾਰ ਹੁਣ ਛੱਡ ਕੇ ਇੰਡੀਆ ਗਏ ਸੀ ਜੀ ਉਦੋਂ ਵੀ ਅਖਲੇਸ਼ ਯਾਦੂ ਨੇ ਗੱਲ ਕਹੀ ਸੀ ਕਿ ਨਹੀਂ ਜਾਣਾ ਚਾਹੀਦਾ ਸੀ ਜਦੋਂ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਸੀ ਹਮ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕੀ ਹੋ ਸਕਦਾ ਹੈ ਜੀ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਫਿਰ ਇਹੀ ਹੋ ਸਕਦਾ ਹੈ ਕਿ ਉਹ ਕਹਿ ਦੇਣ ਲਓ ਜੀ ਠੀਕ ਹੈ ਤੁਸੀਂ ਆਪਦੀ ਕੋਈ ਤੀਜਾ ਫਰੰਟ ਬਣਾ ਲਓ ਹਮ ਤੇ ਕਾਂਗਰਸ ਪਾਰਟੀ ਤੇ ਅਸੀਂ ਤੁਹਾਨੂੰ ਬਰੋ ਹਮਾਇਤ ਕਰਦੇ ਹਾਂ ਕਾਂਗਰਸ ਪਾਰਟੀ ਕਲੀ ਬਾਹਰ ਐ ਜੂ ਕਿ ਜੀ ਇਹ ਮੈਂ ਫਰੰਟ ਦੇ ਵਿੱਚ ਤਾਂ ਦੂਜਿਆਂ ਅਖਲੇਸ਼ ਸਿੰਘ ਜਾਦਵ ਵਰਗੇ ਵੀ ਆ ਸਕਦੇ ਆ ਬਰੋ ਹਮਾਇਤ ਕਰ ਸਕਦੇ ਬਰੋ ਹਮਾਇਤ ਕਰਕੇ ਤੇ ਤੁਸੀਂ ਆਪਦੀ ਪ੍ਰਧਾਨ ਮੰਤਰੀ ਬਣਾ ਕੇ ਸਰਕਾਰ ਚਲਾਰੋ ਸੋ ਮੈਨੂੰ ਲੱਗਦੀ ਹੈ ਜਿਹੜਾ ਹੁਣ ਤੁਸੀਂ ਕਹਿੰਦੇ ਮੂਹ ਤਰ੍ਹਾਂ ਪਏ ਤੇ ਉਹ ਜੈਕਟ ਵੀ ਕਹਿੰਦੇ ਦੂਜੀ ਹੀ ਰੰਗ ਬਰੰਗੀ ਜੀ ਪਾਈ ਹੋਈ ਹੈ ਉਹਦਾ ਕਾਰਨ ਇਹ ਹੈ ਕਿ ਇਹ ਪਾਰਲੀਮੈਂਟ ਜਿਹੜੀ ਹੈ ਜਦੋਂ ਤੁਸੀਂ ਕਮਜ਼ੋਰ ਪਾਰਲੀਮੈਂਟ ਜਿੱਥੇ ਪੂਰੇ ਬਹੁਮਤ ਤੋਂ ਬਗੈਰ ਕਮਜ਼ੋਰ ਸਰਕਾਰ ਨੂੰ ਚਲਾਉਂਗੇ ਤੇ ਉਹ ਸਰਕਾਰ ਚਲਾਉਣੀ ਸੌਖੀ ਨਹੀਂ ਬਹੁਤ ਔਖੀ ਕਿਉਂਕਿ ਇਹ ਸਿਰਫ ਤੇ ਸਿਰਫ ਡਾਕਟਰ ਮਨਮੋਨ ਸਿੰਘ ਜਾਂ ਆਪਣੇ ਅਟਲ ਬਿਹਾਰੀ ਬਾਜਪਾਈ ਇਹ ਉਹਨਾਂ ਦੇ ਵਿੱਚ ਯੋਗਤਾ ਸੀ ਉਹ ਚਲਾ ਸਕਦੇ ਸੀ ਡਾਕਟਰ ਮਨਮੋਨ ਸਿੰਘ ਉਹ ਰਾਣੂ ਤਾਂ ਵਿਚਾਰਿਆਂ ਨੂੰ ਮਤਲਬ ਜਿਹੜੀ ਨਮੋਸ਼ੀ ਇਸ ਕਰਕੇ ਚਲਣੀ ਪਈ ਕਿ ਜਿਹਨੀਆਂ ਭਾਈਵਾਲ ਪਾਰਟੀਆਂ ਦੇ ਬੰਦੇ ਸੀ ਮਾਲ ਉਹ ਚੱਬੀ ਗਏ ਤੇ ਬਦਨਾਮੀ ਉਹਨਾਂ ਦੇ ਪੱਲੇ ਬਦਨਾਮੀ ਉਹਨਾਂ ਦੇ ਪੱਲੇ ਪੈ ਗਈ ਸੀ ਸੋ ਮੈਨੂੰ ਲੱਗਦੀ ਹੈ ਵੀ ਮੋਦੀ ਸਾਹਿਬ ਜਿਹੜੇ ਹੈਗੇ ਇਸ ਗੱਲ ਤੋਂ ਫਿਕਰਮੰਦ ਹੈ ਤੇ ਇਹ ਬੈਸਿਕ ਕਈ ਬੰਦੇ ਨਾਲ ਗੱਲ ਹੋਈ ਹੈ ਵਿਦਵਾਨਾਂ ਨਾਲ ਵੀ ਉਹ ਕਹਿੰਦੇ ਆ ਕਿ ਜਿਹੜੀ ਐ ਅਗਲੀ ਪਾਰਲੀਮੈਂਟ ਐ ਇਹ ਢਾਈ ਸਾਤ ਫੂਰੇੜੀ ਕਰਦੀ ਠੀਕ ਆ ਪਹਿਲਾਂ ਹੀ ਇਹ ਪਹਿਲਾਂ ਹੀ ਮਤਲਬ ਹੈ ਵੀ ਇਹ ਆਪਣੇ ਬੋਝ ਨਾਲ ਹੀ ਟੁੱਟ ਪੈਣੀ ਹੈ ਕੰਟਰਡਿਕਸ਼ਨ ਆ ਜਾਂਦੇ ਨੇ ਨਾ ਵੱਖ-ਵੱਖ ਪਾਰਟੀਆਂ ਦੀ ਜੀ ਜੀ ਕਿਉਂਕਿ ਜਿਵੇਂ ਆਪਾਂ ਵੇਖੀ ਟੂ ਮਨੀ ਕੁਕਸ ਸਪੋਇਲਡ ਥੇ ਗੇ ਹਾਂ ਬਿਲਕੁਲ 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 ਜੀ ਜੀ ਸੋ ਗੱਲ ਹੋ ਜਾਣੀ ਹੈ ਹਰੇਕ ਬੰਦਾ ਕਹਿੰਦਾ ਮੈਨੂੰ 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 ਮੈਂ 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 ਠੀਕ ਸੋ ਹੁਣ ਅੱਜ ਇਹਦੀ ਗੱਲ ਕੀਤੀ ਸੀ ਤੁਸੀਂ ਸਿਮਰਤੀ ਰਾਣੀ ਨੂੰ ਹਰਾਉਣ ਦੀ ਤੇ ਆਪਾਂ ਪੰਜਾਬ ਦੇ ਮੰਤਰੀਆਂ ਦੀ ਵੀ ਗੱਲ ਕਰਦੇ ਹੋ ਕੇਂਦਰੀ ਮੰਤਰੀਆਂ ਦਾ ਵੀ ਲੇਖਾ ਜਖਾ ਖੋਲੋ ਦਨੈਲਿਆ ਸਭ ਕੇਂਦਰੀ ਮੰਤਰੀਆਂ ਜੀ ਉਹਨਾਂ ਦੇ ਵਿੱਚ ਇੱਕ ਤਾਂ ਮੈਨੂੰ ਸਭ ਤੋਂ ਵੱਡੀ ਤਸੱਲੀ ਹੈ ਇੱਕ ਉਹ ਹਾਰ ਗਿਆ ਬਾਈ ਉਹ ਥੋੜਾ ਉਹ ਕੀ ਆਪਣਾ ਲਖੀਮਪੁਰ ਖੀ ਗਿਆ ਲਖੀਮਪੁਰ ਖੀਰੀ ਵਾਲਾ ਹਾਂ ਉਸ ਲਖੀਮਪੁਰ ਖੀਰੀ ਵਾਲਾ ਜਿਹੜਾ ਸੀ ਨਾ ਹਾਂ ਜਿਹਨੇ ਗੱਡੀ ਚੜਾਈ ਸੀ ਹਾਂਜੀ ਅਜੇ ਮਿਸ਼ਰਾ ਟੈਣੀ ਹਾਂ ਟੈਣੀ ਦੀ ਟੈਂ ਟੈਂ ਹਾਂ ਅਜੇ ਮਿਸ਼ਰਾ ਟੈਣੀ ਦਾ ਲੜਕਾ ਸੀ ਹੂੰ ਜਿਹਨੇ ਮਤਲਬ ਉਹ ਚੜਾਇਆ ਸੀ ਉਹਨੂੰ ਹੂੰ ਹੂੰ ਉਹਦੇ ਤੇ ਚੜਾਤਾ ਸੀ ਸ੍ਰੀ ਮਰਤੀ ਰਾਨੀ ਦੀ ਆਪ ਗੱਲ ਕਰ ਲਿਆ ਤੇ ਇਹ ਇਹਦੇ ਮੁੰਡੇ ਨੇ ਹੀ ਕਿਸਾਨਾਂ ਦੇ ਉੱਤੇ ਚੜਾਇਆ ਸੀਗਾ ਕੀ ਆਪਣੀ ਆਪਣੀ ਥਾਰ ਗੱਡੀ ਜੀ ਤੇ ਜਿੱਦਾਂ ਚਾਰ ਕਿਸਾਨ ਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਹੂੰ ਹੂੰ ਇਹ ਤੋਂ ਇਲਾਵਾ ਅਰਜੁਨ ਮੁੰਡਾ ਜੀ ਇਹ ਵੀ ਬੜਾ ਵੱਡਾ ਨਾਂ ਹੈ ਅਰਜੁਨ ਮੁੰਡਾ ਜਿਹੜਾ ਹੈਗਾ ਇਹ ਵੀ ਇਹਨਾਂ ਤੋਂ ਹਾਰ ਗਿਆ ਜੀ ਔਰ ਨਾਲ ਜਿਹੜੇ ਹੈਗੇ ਕਲਾਸ਼ ਚੌਧਰੀ ਉਹ ਵੀ ਹਾਰ ਗਏ ਜੀ ਤੇ ਇੱਕ ਅਫਸੋਸਨੈ ਇੱਕ ਗੱਲ ਇਹ ਹੈ ਕਿ ਮੇਨਕਾ ਗਾਂਧੀ ਦੇ ਬੇਟੇ ਨੂੰ ਜੀ ਵਰਨ ਗਾਂਧੀ ਨੂੰ ਤੈਨੇ ਟਿਕਟ ਨਹੀਂ ਦਿੱਤੀ ਸੀ ਹੂੰ ਹੂੰ ਤੇ ਮੇਨਕਾ ਗਾਂਧੀ ਨੂੰ ਟਿਕਟ ਦੇਤੀ ਸੀ ਜੀ ਮੇਨਕਾ ਗਾਂਧੀ ਨੂੰ ਟਿਕਟ ਕਿਹੜੀ ਦਿੱਤੀ ਵਰਨ ਗਾਂਧੀ ਆਲੀ ਬਰਨ ਗਾਂਧੀ ਪਹਿਲਾਂ ਤਾਂ ਥੋੜਾ ਜਿਹਾ ਆਕੜਗਾ ਸੀ ਵੀ ਮੈਂ ਕੀ ਕਰਨਾ ਜੋ ਮੈਨੂੰ ਟਿਕ ਨਹੀਂ ਦਿੱਤੀ ਹਮਮ ਪਰ ਮੇਨ ਕਾ ਗਾਂਧੀ ਵੀ ਉੱਥੇ ਚੋਣ ਹਾਰ ਗਈ ਜੀ ਪੀਲੀ ਪੀਤੋਂ ਪੀਲੀ ਪੀਤ ਆਲੀ ਸੀਟ ਸੀ ਸੱਚ ਪੀਲੀ ਪੀਤ ਆਲੀ ਕਿਸੇ ਹੱਦ ਨੂੰ ਦੇਤੀ ਸੀ ਹਮਮ ਔਰ ਮੇਨ ਮੇਨ ਕਾ ਗਾਂਧੀ ਵੀ ਆਵਦੀ ਸੀਟ ਹਾਰ ਗਈ ਹੈ ਵੈਸੇ ਮੇਨ ਕਾ ਗਾਂਧੀ ਕਿਉਂਕਿ ਪੰਜਾਬੀ ਮੂਲ ਦੀ ਕੁੜੀ ਹੈ ਜੀ ਔਰ ਮੇਰੇ ਖਿਆਲ ਮੁਤਾਬਕ ਹੈ ਵੀ ਇਹਨੂੰ ਜਿੰਨਾ ਚਾਹੀਦਾ ਸੀ ਹਮਮ ਪਰ ਜੇ ਉਥੇ ਹਾਰੀ ਹੈ ਤਾਂ ਇਹਦਾ ਵੱਡਾ ਕਾਰਨ ਇਹ ਹੈ ਕਿ ਇਹਨੂੰ ਔਖੀ ਸੀਟ ਦੇ ਉੱਤੇ ਖੜਾ ਕੀਤਾ ਸੀ ਪਰ ਅਗਲੀ ਗੱਲ ਦਾਨੇ ਵਾਲੀ ਆ ਸਭ ਜਿਹੜੇ ਇਹ ਬੰਦੇ ਹਾਰੇ ਹੈ ਚਾਹੇ ਸਿਮਰਤੀ ਹਰਾਨੀ ਹੈ ਆਂਰਾਨੀ ਹੈ ਚਾਹੇ ਟੈਨੀ ਮਿਸ਼ਰਾ ਆਪਣਾ ਅਜੇ ਮਿਸ਼ਰਾ ਟੈਨੀ ਹੈ ਜੀ ਤੇ ਇਹ ਇਹਦੇ ਵਿੱਚ ਕਾਰਨ ਇਹ ਹੈ ਕਿ ਕਹਿੰਦੇ ਯੂਪੀ ਦੇ ਜਿਹੜੇ ਦੋ ਸ਼ਹਿਜ਼ਾਦੇ ਹੈ ਹੂੰ ਹੂੰ ਉਹ ਦੋ ਸ਼ਹਿਜਾਦੇ ਆ ਕਹਿੰਦੇ ਜੀ ਉਹਨਾਂ ਨੇ ਬੇੜਾ ਕਰ ਕੀਤਾ ਅੱਛਾ ਉਹ ਕਿਹੜੇ ਆ ਜੀ ਸ਼ਹਿਜਾਦਾ ਇੱਕ ਤਾਂ ਜਿਹੜਾ ਇਹ ਹੋਗਾ ਰਾਹੁਲ ਗਾਂਧੀ ਹਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦੇ ਇਹ ਦੋ ਸ਼ਹਿਜਾਦੇ ਇੱਕ ਯੂਪੀ ਵਾਲਾ ਔਰ ਇੱਕ ਦਿੱਲੀ ਵਾਲਾ ਜੀ ਉਹ ਹੁਣ ਦਿੱਲੀ ਵਾਲਾ ਆਪਾਂ ਉਹਨੂੰ ਕਹਿ ਦਿੰਨੇ ਆ ਪਰ ਜੇ ਆਪਾਂ ਓਰੀਜਿਨ ਦੇਖੀਏ ਜੀ ਓਰੀਜਿਨ ਤौला ਵੀ ਯੂਪੀ ਦੀ ਹੈ ਯੂਪੀ ਦੀ ਹੈ ਬਿਲਕੁਲ ਦੋਨੇ ਯੂਪੀ ਦੀ ਹੈ ਇਹ ਜਿਹੜੀ ਉਹਨਾਂ ਦਾ ਜਿਹੜਾ ਕੰਬੀਨੇਸ਼ਨ ਉਹਨਾਂ ਦਾ ਜਿਹੜਾ ਗੱਠ ਜੋੜ ਬਣੇ ਨਾ ਜੀ ਉਸ ਗੱਠ ਜੋੜ ਨੇ ਕੋਈ ਨਹੀਂ ਕਹਿੰਦਾ ਸੀਗਾ ਕਿ ਜਿਹੜੀ ਹੈਗੀ ਐ 50 ਤੋਂ ਘੱਟ ਸੀਟ ਆਉਣਗੀ ਜੀ ਪਰ ਉਹਨਾਂ ਨੇ ਪੂ ਹਾਰ ਅੱਜ ਤੱਕ ਨਹੀਂ ਹੋਈ ਸੀ ਭਾਰਤੀ ਜਨਤਾ ਪਾਰਟੀ ਨੂੰ ਜੁਪੀ ਦੇ ਵਿੱਚ ਤੇ ਉਹਨਾਂ ਨੇ ਇੱਕ ਵਧੀਆ ਆਬਦੀ ਜਿਹੜੀ ਹੈ ਉੱਥੇ ਪਰਫਾਰਮੈਂਸ ਆਬਦੀ ਦਿਖਾਤੀ ਹੈ ਟੈਲਸਵਾਰ ਅੱਜ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸਦਾ ਮੈਂ ਘਰ ਪਾਈ ਜੰਨਾ ਹਾਂਜੀ ਆਪਣੇ ਮਜ਼ਦੂਰ ਬਹੁਤੇ ਯੂਪੀ ਦੇ ਨੇ ਜੀ ਤੁਸੀਂ ਦੇਖੋ ਇੱਕ ਯੂਪੀ ਦਾ ਇੱਕ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਜਿਹੜੇ ਲੁੱਕ ਪਾਉਂਦੇ ਆ ਹਾਂਜੀ ਉਹਦਾ ਮੁੰਡਾ ਨਾਲੇ ਤਾਂ ਬੁਰਸ਼ ਮਰੀ ਜਾਂਦਾ ਨਾਲੇ ਪੋਲਿਟਿਕਸ ਡਿਸਕਸ ਕਰ ਰਿਹਾ ਮੇਰੇ ਨਾਲ ਨਹੀਂ 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 ਕਰਦੇ ਇਹ ਬਹੁਤ ਜ਼ਿਆਦਾ ਐਂਡ ਉਹਨਾਂ ਨੇ ਬੈਠੇ ਅੱਜ ਸਾਰੀਆਂ ਦੱਸੀਆਂ ਵੀ ਯੂਪੀ ਦੇ ਵਿੱਚ ਮੁਸਲਮਾਨ ਵੋਟ ਕਿੱਧਰ ਗਈ ਚੋਹਾਨ ਵੋਟ ਜਿਹੜੇ ਚੋਹਾਨ ਨੇ ਪੰਡਤ ਨੇ ਤੇ ਕੋ ਉਹ ਕਿੱਧਰ ਗਈ ਉਹ ਸਾਰਾ ਉਲਟ ਫੇਰ ਉਹਨੇ ਮੈਨੂੰ ਸਮਝਾਇਆ ਵੀ ਕਿਵੇਂ ਸਾਰਾ ਕੁਝ ਹੋ ਗਿਆ ਤੁਸੀਂ ਦੇਖੋ ਵੀ ਦਲਤ ਵੋਟ ਕਹਿੰਦੇ 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 ਸਾਈਕਲ ਤੋਂ ਉਤਰ ਕੇ ਆਪਣਾ ਹਾਥੀ ਤੋਂ ਹਾਥੀ ਤੋਂ ਉਤਰ ਕੇ ਸਾਈਕਲ ਤੇ ਚੜ ਗਈ ਸਾਰਾ ਚੜ ਗਈ ਕਹਿੰਦੇ ਹਾਥੀ ਰੁਲ ਹੀ ਗਿਆ ਕਹਿੰਦੇ ਰੁਲ ਗਿਆ ਹਾਂ ਉਹ ਤਾਂ ਕੰਦਾ ਹੀ ਟੱਕਰਾ ਮਾਰਦਾ ਫਿਰਦਾ ਇਹ ਜਿਹੜਾ ਦਾਨੇ ਵਾਲੀਆ ਸਾਹਿਬ ਮੇਰੇ ਵੀ ਗਵਾਂਢ ਦੇ ਵਿੱਚ ਨਾ ਮੈਂ ਤਾਂ ਆਪਦੀ ਗੱਡੀ ਆਪ ਹੀ ਧੋਣਾ ਮੇਰੇ ਗਵਾਂਢ ਦੇ ਵਿੱਚ ਨਾ ਇੱਕ ਸੇਠ ਹੈਗੇ ਆਪਣੇ ਉਹਨਾਂ ਦੇ ਕੋਲੇ ਚੰਗੇ ਮੁੰਡੇ ਕੰਮ ਕਰਦੇ ਤੇ ਉਹਨੇ ਕੋਲ ਤੇ ਦੋ ਤਿੰਨ ਗੱਡੇ ਗਏ ਹੂੰ ਹੂੰ ਉਹਨ ਤੇ ਉਹ ਮੁੰਡਾ ਮਤਲਬ ਜਿਹੜਾ ਹੈਗਾ ਗੱਡੀ ਤੋਂ ਹੀ ਜਾਵੇ ਤੇ ਮੇਰੇ ਕੋਲੇ ਦੁੱਧ ਵਾਲਾ ਆਪਣਾ ਮਿੱਤਰ ਆ ਗਿਆ ਮੈਂ ਉਹ ਤੋਂ ਦੁੱਧ ਲੈਣ ਲੱਗਿਆ ਤੇ ਮੈਨੂੰ ਕਿਹਾ ਕੀ ਹੋਇਆ ਤੇ ਮੈਂ ਇਹਨੂੰ ਦੱਸਿਆ ਮੈਂ ਯਾਰ ਐ ਹੋਇਆ ਇਥੇ ਬਿਹਾਰ ਦੇ ਵਿੱਚ ਤਾਂ ਆਇਆ ਇਹ ਆਪਣੇ ਤਜਸਵੀ ਯਾਦਵ ਤੇ ਫਲਾਣਾ ਤੇ ਮੁਖਾਉਂਕਾ ਉਹ ਛੱਡ ਕੇ ਨਾ ਵਿੱਚੇ ਇੰਟਰਵਿਊ ਕਰਨਾ ਹਾਂ ਕਰ ਲੈ ਉਹ ਕੋ ਤਾਂ ਹਾਂਜੀ ਹਾਂਜੀ ਉਹ ਉਹਦੀ ਪੋਲਟਿਕਸ ਇਹ ਉਹਨਾਂ ਦੇ ਵਿੱਚ ਤੁਸੀਂ ਇਹ ਦੇਖੋ ਬਿਹਾਰੀ ਹੋਵੇ ਜੁਪੀ ਦਾ ਹੋਵੇ ਕੋਈ ਵੀ ਪ੍ਰਵਾਸੀ ਆਪਾਂ ਕਹਾਂਗੇ ਉਹਨਾਂ ਨੂੰ ਮੈਂ ਦੂਜਾ ਨਹੀਂ ਕਹਿੰਦੀ ਉਹ ਤੁਸੀਂ ਕਿੱਥੇ ਕਿਤੇ ਵੀ ਬੈਠੇ ਦੇਖੋ ਉਹਨਾਂ ਨੂੰ ਤੁਸੀਂ ਉਹ ਚਾਹ ਪੀਂਦੇ ਹੂੰ ਹੂੰ ਜਾਦੀ ਦੁਕਾਨ ਤੇ ਬੈਠੇ ਉਹਨਾਂ ਦੇ ਹੱਕ ਹੱਥ ਦੇ ਵਿੱਚ ਹਾਰ ਹੋ ਜੀ ਜੇ ਉਹ ਰਿਕਸ਼ਾ ਲਈ ਬਿਠੇ ਪੋਲਿਟੀਕਲ ਵੈਲਵੇਅਰ ਪੋਲਿਟੀਕਲ ਵੈਲਵੇਅਰ ਠੀਕ ਹੈ ਉਹ ਆਪਣੇ ਵਾਂਗੂ ਪ੍ਰਵਾਸ ਕਰਕੇ ਜਿਹੜੇ ਆਪਣੇ ਉਧਰ ਗਏ ਆਪਣੇ ਨੂੰ ਆਪਣੇ ਲਈ ਆਪਣੇ ਵੀ ਉਧਰ ਲਈ ਆਪਣਾ ਪੋਲਿਟੀਕਲ ਦਾ ਪੂਰਾ ਚਸਕਾ ਚਸਕਾ ਪੂਰਾ ਕੀ ਨਹੀਂ ਜੀ ਆਪਣੇ ਬਦਦਾ ਪਹੁੰਚੀ ਹੋਈ ਹੈ ਉੱਥੇ ਜਦੋਂ ਤੁਸੀਂ ਬਾਹਰ ਜਾਓਗੇ ਤੇ ਤੁਹਾਨੂੰ ਫਿਰ ਆਪਣੀ ਧਰਤੀ ਦੀ ਵੀ ਯਾਦ ਆਉਂਦੀ ਹੈ ਤੇ ਤੁਸੀਂ ਉਸ ਧਰਤੀ ਬਾਰੇ ਫਿਰ ਫਿਕਰਮੰਦਗੀ ਵੀ ਜ਼ਾਹਰ ਕਰਦੇ ਹੋ ਹਾਂ ਹਾਂ ਹੁਣ ਕਿੰਨੇ ਲੋਕ ਜਿਹੜੇ ਹੈਗੇ ਆਪਾਂ ਨੂੰ ਪੁੱਛਦੇ ਆ ਵੀ ਦੱਸੋ ਕੀ ਹੋ ਰਿਹਾ ਹੈ ਜੀ ਕੌਣ ਕਿੱਥੋਂ ਕੀ ਜਿੱਤ ਚੰਗਾ ਮੇਰੇ ਖਿਆਲੇ ਇਹ ਤੱਕ ਵਧੀਆ ਟ੍ਰੈਂਡ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਭ ਮਿਹਰਬਾਨੀ ਜੀ ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਅਗਾ ਚੌਣੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ